बचत्तर सिंह दे फैसले कोर्टां ते कचहरियां ते थाणियां दे मुनसिफ नहीं करदे, ओदी डांग करदी है। ठंड रख डड्डीए, ठंड रख। सियाणे आखदे है मंजिओ पोए नेड़े ही हुंदी है। इन्ना हंकार नहीं करीदा। सत श्री अकाल जी, मैं हां तुहाडा अपना गुगू गिल ते मेरे नाल मेरा वीर योगराज सिंह। मैदान है 25 किलियां दा ते आ रहे हां पूरे 16 सालां बाद। गुड इवनिंग सब नु प्यार भरी सत श्री अकाल। की हाल चाल है दोस्तों, मित्रों, सहेलियों, सहेली सॉरी मेरी नु अपनी नु पर्सनल नहीं कहना सका, ताडी सारियां नु भी सहेली कह होगा ओदे लई मेरे वल्लों सॉरी यार। जी तुसी सुन रहे हो वन एंड ओनली बाई जी रेडियो, दिल तो दिलां तक आप जी कमल दे नाल। ते आपां ताडे नाल सिंगर्स दी भी इंटरव्यू कराई है ना, ताडे नाल आपां एक्टर्स दी भी इंटरव्यू कराई, बट अज दी इंटरव्यू बहुत ज्यादा स्पेशल आ। मेरी गल नु गौर करियो जी, बहुत ज्यादा स्पेशल, मेरे लिए भी बहुत ज्यादा स्पेशल, इस करके मैं तुहाडे लई भी स्पेशली बना रहा। आपां नु स्पेशल किस तरह बनाउणा, ओह जिवें जिवें साडा शो फॉरवर्ड हुंदा जाऊगा तुहानू समझ लग जाणी है। पिछे जिहे इक फिल्म आई सी ना, बहुत जबरदस्त हिट हुई, जट बॉयज, सब ने देखी। आपां ओहदे विच आपां देखिया कि सिप्पी गल आ ना जी, बट सिप्पी गल नू तैयार किहने कीता, मूवी इन्नी जबरदस्त हिट क्यों हुई, ओहदा कारण सीगा इक इंसान, उहनां दा नां आ जी सिमरनजीत सिंह ਹੁੰਦਲ। ਬਿਲਕੁਲ ਤੁਸੀਂ ਸਹੀ ਸੁਣਿਆ ਜੀ, ਸਿਮਰਨਜੀਤ ਸਿੰਘ ਹੁੰਦਲ ਸਾਡੇ ਪੰਜਾਬੀ ਬਾਲੀਵੁੱਡ ਫਿਲਮ ਇੰਡਸਟਰੀ ਦੇ ਇੱਕ ਬਹੁਤ ਵੱਡੇ ਡਾਇਰੈਕਟਰ। ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ ਤੇ ਆਪਣੇ ਨਵੇਂ ਪ੍ਰੋਜੈਕਟ ਬਾਰੇ ਉਹ ਸਾਨੂੰ ਦੱਸਣਗੇ ਕੀ ਲੈ ਕੇ ਆ ਰਹੇ ਆ। ਇੱਕ ਆਪਾਂ ਤੁਹਾਡੇ ਰੂਬਰੂ ਕਰੀਦਾ ਪ੍ਰੋਮੋ ਰੋਲ ਤੁਹਾਨੂੰ ਸੁਣਾਈਦਾ, ਇੱਕ ਮਿੱਠਾ ਜਿਹਾ ਗਾਣਾ, ਉਹ ਇਹਨਾਂ ਦੀ ਮੂਵੀ ਦਾ ਤੇ ਅੱਜ ਆਪਣੇ ਮੂੰਹ ਰਿਵੀਲ ਕਰਨਗੇ। ਹਾਂਜੀ ਸਿਮਰਜੀਤ ਸਿੰਘ ਹੁੰਦਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਾਈ ਜੀ ਰੇਡੀਓ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿਮਰਨਜੀਤ ਸਿੰਘ ਹੁੰਦਲ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਸ਼ੋਅ ਦੇ ਵਿੱਚ। ਤੁਸੀਂ ਲੈ ਕੇ ਆ ਰਹੇ ਹਾਂ ਜੀ ਮੂਵੀ 25 ਕਿੱਲੇ। 25 ਕਿੱਲੇ ਮੂਵੀ ਤੁਸੀਂ ਲੈ ਕੇ ਆ ਰਹੇ। ਪਹਿਲਾ ਸਵਾਲ ਮੇਰਾ ਇਹ ਹੁੰਦਾ, ਮੈਂ ਤੁਹਾਡੇ ਨਿੱਜੀ ਜੀਵਨ ਵੱਲ ਵੀ ਜਾਊਂਗਾ ਥੋੜਾ ਥੋੜਾ, ਕਿ ਤੁਹਾਡੇ ਦਿਮਾਗ 'ਚ ਆਈਡੀਆ ਤੁਹਾਡਾ ਸੀਗਾ ਜਾਂ ਕਿਸੇ ਹੋਰ ਦਾ ਸੀਗਾ, ਕਿਉਂਕਿ ਗੁੱਗੂ ਗਿੱਲ ਤੇ ਯੁਗਰਾਜ ਸਿੰਘ ਜੀ ਨੂੰ ਆਪਾਂ ਇਕੱਠੇ ਲੈ ਕੇ ਆਈਏ? ਬਿਲਕੁਲ ਜੀ, ਆਈਡੀਆ ਤੇ ਮੇਰਾ ਹੀ, ਜਿਵੇਂ ਜਿਵੇਂ ਟੀਮ ਜੁੜਦੀ ਗਈ ਤੇ ਸਾਰਿਆਂ ਦਾ ਇੱਕ ਰਾਏ ਹੁੰਦੀ ਗਈ ਤੇ ਤਿਵੇਂ ਤਿਵੇਂ ਫਿਲਮ 25 ਕਿੱਲੇ ਬਣੀ। ਔਰ ਜਿਹੜੀ 25 ਕਿੱਲੇ ਮਤਲਬ ਟਾਈਟਲ ਇੱਕ ਜਿਹੜਾ ਪੂਰਾ ਪੰਜਾਬੀ ਟਾਈਟਲ ਆ, ਪੰਜਾਬੀ ਫਿਲਮ ਹੈ ਸਾਡੀ। ਬਿਲਕੁਲ, ਕਿਉਂਕਿ ਦੋ ਹੀ ਕੈਰੇਕਟਰਸ ਨੂੰ ਲੈਣਾ, ਇਹਨਾਂ ਦੋ ਐਕਟਰਸ ਨੂੰ ਲੈਣਾ ਹੀ ਬਹੁਤ ਔਖਾ, ਕਿਉਂਕਿ ਦੋਨਾਂ ਦੀਆਂ ਡੇਟਸ ਦੇਖਣੀਆਂ ਪੈਣੀਆਂ, ਫਿਰ ਦੋਨਾਂ ਨੂੰ ਸਕ੍ਰਿਪਟ ਲਈ ਮਨਜ਼ੂਰੀ ਲੈਣੀ। ਕਿੰਨਾ ਕੁ ਔਖਾ ਹੋਇਆ ਤੁਹਾਨੂੰ ਇਹਨਾਂ ਦੋਨਾਂ ਕੈਰੇਕਟਰਸ ਨੂੰ ਇੱਕ ਮੂਵੀ ਦੇ ਵਿੱਚ ਲੈਣ ਦੇ? ਕੋਈ ਪ੍ਰੋਬਲਮ ਆਈ ਕਿ ਈਜ਼ੀ ਹੋ ਗਿਆ ਸਭ ਕੁਝ? ਪ੍ਰੋਬਲਮ ਕੋਈ ਖਾਸ ਨਹੀਂ ਆਈ। ਸਭ ਤੋਂ ਪਹਿਲਾਂ ਆਪਣੀ ਜਦੋਂ ਸਾਡੇ ਪ੍ਰੋਡਿਊਸਰ ਆ ਮਤਲਬ ਵਿਕਰਮ ਜੀ, ਉਹਨਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕਨਸੈਪਟ ਬਹੁਤ ਪਸੰਦ ਆਇਆ, ਖਾਸ ਕਰਕੇ ਟਾਈਟਲ ਬਹੁਤ ਪਸੰਦ ਆਇਆ। ਫਿਰ ਜਦੋਂ ਕਾਸਟਿੰਗ ਦੀ ਗੱਲ ਆਈ ਤਾਂ ਮੈਂ ਕਿਹਾ ਵੀ ਏਦਾਂ ਏਦਾਂ ਆਪਾਂ ਯੋਗਰਾਜ ਤੇ ਗੁੱਗੂ ਗਿੱਲ ਸਾਹਿਬ ਨੂੰ ਲੈ ਕੇ ਆਈਏ ਤੇ ਬਹੁਤ ਵਧੀਆ। ਤੇ ਉਹ ਕਹਿੰਦੇ ਵੀ ਦੇਖੋ ਅਗਰ ਆਉਂਦੇ ਆ ਤਾਂ ਬਹੁਤ ਵਧੀਆ ਗੱਲ ਹੈ। ਮੈਂ ਕਿਹਾ ਆਉਣਗੇ ਜ਼ਰੂਰ, ਕਿਉਂਕਿ ਆਪਾਂ ਸੱਚੇ ਦਿਲ ਤੋਂ ਲੱਗੇ ਹਾਂ। ਤੇ ਜਿਵੇਂ ਫਿਰ ਪਹਿਲੀ ਮੁਲਾਕਾਤ ਸਾਡੀ ਯੋਗਰਾਜ ਸਾਹਿਬ ਨਾਲ ਹੋਈ, ਉਹਨਾਂ ਨੂੰ ਮੈਂ ਸਟੋਰੀ ਸੁਣਾਈ ਤੇ ਬਹੁਤ ਖੁਸ਼ ਹੋਏ, ਆਸ਼ੀਰਵਾਦ ਮਿਲਿਆ। ਉਹ ਕਹਿੰਦੇ ਲੋਕ ਪ੍ਰੋਜੈਕਟ ਲੈ ਕੇ ਆਉਂਦੇ ਆ, ਤੂੰ ਸਟੋਰੀ ਲੈ ਕੇ ਆ, ਜ਼ਰੂਰ ਕਰਾਂਗੇ। ਫਿਰ ਉਹਨਾਂ ਨੂੰ ਕਿਹਾ ਜੀ ਨਾਲ ਮੈਂ ਸੋਚ ਰਿਹਾ ਗੁੱਗੂ ਗਿੱਲ ਸਾਹਿਬ ਆ ਰਹੇ, ਕਹਿੰਦੇ ਉਹਨਾਂ ਨਾਲ ਗੱਲ ਕਰ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਗੁੱਗੂ ਗਿੱਲ ਸਾਹਿਬ ਦਾ ਵੀ ਸੇਮ ਰਾਏ ਸੀ, ਉਹਨਾਂ ਨੂੰ ਸਟੋਰੀ ਬਹੁਤ ਪਸੰਦ ਆਈ। ਉਹ ਕਹਿੰਦੇ ਜੇ ਜੋਗਰਾਜ ਸਾਹਿਬ ਆ ਰਹੇ ਤਾਂ ਬਹੁਤ ਵਧੀਆ ਗੱਲ ਆ। ਔਰ ਜੋਗਰਾਜ ਸਾਹਿਬ ਨੇ ਕਿਹਾ ਲੋਕ ਬੜੇ ਵਿਛੋੜਨ ਵਾਲੇ ਮਿਲਦੇ ਆ, ਪਾੜੇ ਪਾਉਣ ਵਾਲੇ ਮਿਲਦੇ ਆ, ਤੂੰ ਬੱਚਿਆਂ ਮਿਲਾਉਣ ਵਾਲਾ ਮਿਲਿਆ ਤੇ ਵਧੀਆ ਲੱਗਾ, ਬਹੁਤ ਅੱਛਾ ਜਿਹੜਾ ਰਿਸਪੋਂਸ ਮਿਲਿਆ ਉਹਨਾਂ ਤੋਂ। ਕਿਆ ਬਾਤ ਆ ਸਰ ਜੀ, ਆਪਾਂ ਤੁਹਾਡੀ ਮੂਵੀ ਵੱਲ ਜਾਵਾਂਗੇ ਥੋੜਾ ਪਹਿਲਾਂ, ਆਪਾਂ ਤੁਹਾਡੀ ਲਾਈਫ ਵੱਲ, ਬੈਕਗਰਾਉਂਡ ਵੱਲ ਜਾਂਦੇ ਆ। ਸਰ ਬਚਪਨ ਤੋਂ ਹੁੰਦੀ ਆ ਨਾ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਮੈਂ ਐਕਟਰ ਬਣਨਾ ਜਾਂ ਮੈਂ ਸਿੰਗਰ ਬਣਨਾ, ਇਹ ਬਹੁਤ ਘੱਟ ਹੋਊਗਾ ਮੇਰੇ ਹਿਸਾਬ ਨਾਲ, ਬਹੁਤ ਮਾਈਨਰ ਇਨਸਾਨ ਬਣਨੀ ਵੀ ਜਿਹਨੂੰ ਸੋਚ ਹੋਊਗੀ ਕਿ ਮੈਂ ਡਾਇਰੈਕਟਰ ਬਣਨਾ। ਤੁਹਾਡੀ ਬਚਪਨ ਦੇ ਵਿੱਚ ਕੀ ਖੁਆਇਸ਼ ਸੀ ਐਜ਼ ਐਕਟਰ ਆਉਣ ਦੀ ਜਾਂ ਕੁਛ ਹੋਰ, ਤੁਹਾਡਾ ਕੀ ਸੀਗਾ ਬੈਕਗਰਾਉਂਡ ਉਹਦੇ ਬਾਰੇ ਨਜ਼ਰ ਪਾਉਂਦੀ? ਜੀ ਮੇਰਾ ਜਿਹੜਾ ਪਹਿਲਾ ਸ਼ੌਂਕ ਸੀ, ਮੈਂ ਰਾਈਟਰ ਬਣਨਾ ਚਾਹੁੰਦਾ ਸੀ ਤੇ ਮਤਲਬ ਨਾਲ ਫਿਰ ਮੈਨੂੰ ਜਦੋਂ ਪਤਾ ਲੱਗਿਆ ਵੀ ਰਾਈਟਰ ਦੀ ਕੋਈ ਇੰਨੀ ਵੈਲਿਊ ਨਹੀਂ, ਉਸ ਸਮੇਂ ਤੇ ਰਾਈਟਰ ਨੂੰ ਕੋਈ ਸਮਝਿਆ ਹੀ ਨਹੀਂ ਜਾਂਦਾ ਖਾਸ ਕਰਕੇ, ਤੇ ਫਿਰ ਮੈਨੂੰ ਪਤਾ ਲੱਗਿਆ ਕਿ ਬੰਦੇ ਦੀ ਵੈਲਿਊ ਬਹੁਤ ਹੁੰਦੀ ਹੈ ਇੱਕੋ ਆਦਮੀ ਦੀ, ਜਿਹੜੀ ਡਾਇਰੈਕਟਰ ਹੈ ਉਹਦੀ ਡੈਜੀਗਨੇਸ਼ਨ ਨੂੰ ਸਲਾਮ ਹੁੰਦੀ ਹੈ। ਫਿਰ ਮੈਂ ਡੈਜੀਗਨੇਸ਼ਨ ਨੂੰ ਸਮਝਿਆ, ਫਿਰ ਉਹਦੇ ਪਿੱਛੇ ਪਾਗਲ ਹੋ ਜਾਂਦਾ ਨਾ ਬੰਦਾ, ਜਨੂਨ ਹੁੰਦਾ ਵੀ ਮੈਂ ਡਾਇਰੈਕਟਰ ਬਣਨਾ। ਓਕੇ, ਉਹ ਫਿਰ ਜਨੂਨ ਦੇ ਵਿੱਚ ਮੈਂ ਕਿਵੇਂ ਘਰੋਂ ਨਿਕਲਿਆ, ਫਿਰ ਕਈ ਸਾਲ ਜਿਹੜੇ ਆ ਇਸ ਇੰਡਸਟਰੀ ਨੂੰ ਦਿੱਤੇ ਤੱਕ ਖਾਧੇ ਆ,
ਤੇ ਉਹਨਾਂ ਤੋਂ ਬਾਅਦ ਫਿਰ ਜਿਹੜਾ ਵੱਡਾ ਮੌਕਾ ਮੈਨੂੰ ਪਹਿਲੀ ਫਿਲਮ ਜੱਟ ਬੁਆਇਜ਼ ਅੰਦਰ ਸਾਹਿਬ ਨੇ ਦਿੱਤਾ ਸੀ ਤੇ ਸਾਰਿਆਂ ਨੇ ਦੇਖੀ ਬਹੁਤ ਅੱਛੀ ਮਕਬੂਲ ਫਿਲਮ ਸੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸਾਰੇ ਭਾਈਆਂ ਨੇ ਸਰ ਤੁਹਾਨੂੰ ਨਾ ਇਸ ਦਿਨ ਯੂਥ ਵੀ ਸੁਣ ਰਿਹਾ ਬਹੁਤ ਸਾਰਾ ਯੂਥ ਨੂੰ ਆਪਾਂ ਨੂੰ ਇਹ ਐਗਜ਼ਾਮਪਲ ਤਾਂ ਮਿਲ ਜਾਂਦੀਆਂ ਜੇ ਕਿਸੇ ਨੇ ਐਕਟਰ ਬਣਨਾ ਤੇ ਕੀ ਕਰਨਾ ਜੇ ਕਿਸੇ ਸਿੰਗਰ ਬਣਨਾ ਤੇ ਕੀ ਕਰਨਾ ਤੁਸੀਂ ਸਾਡੇ ਯੂਥ ਨੂੰ ਇਹ ਦੱਸੋ ਕਿ ਜੇ ਕਿਸੇ ਨੇ ਡਾਇਰੈਕਟਰ ਬਣਨਾ ਉਹ ਚ ਕੀ ਕੁਆਲਿਟੀਜ਼ ਚਾਹੀਦੀਆਂ ਤੇ ਉਹਨੂੰ ਕੀ ਕਰਨਾ ਪਊਗਾ ਹਾਂ ਸਭ ਤੋਂ ਪਹਿਲਾਂ ਤੇ ਡਾਇਰੈਕਟਰ ਬਣਨਾ ਹੋਵੇ ਜਾਂ ਕੋਈ ਵੀ ਕਿਸੇ ਵੀ ਖੇਤਰ ਚ ਜਾਣਾ ਤੁਸੀਂ ਕਿਸੇ ਵੀ ਖੇਤਰ ਚ ਮੱਲਾਂ ਮਾਰਨੀ ਹੈ ਜਾਂ ਕੁਛ ਵੀ ਕਰਨਾ ਚਾਹੁੰਦੇ ਹੋ ਤੇ ਜਿਹੜਾ ਬੰਦੇ ਦਾ ਵਿਜ਼ਨ ਆ ਉਹ ਕਲੀਅਰ ਹੋਣਾ ਚਾਹੀਦਾ ਉਹਨੂੰ ਆਪਣਾ ਜਿਹੜੀ ਆਖਰੀ ਮੰਜ਼ਿਲ ਜਾਂ ਆਪਣਾ ਜਿੱਥੇ ਜਾਣਾ ਚਾਹੁੰਦਾ ਪਹੁੰਚਣਾ ਚਾਹੁੰਦਾ ਉਹ ਪੁਆਇੰਟ ਉਹਦੇ ਨਜ਼ਰਾਂ ਦੇ ਸਾਹਮਣੇ ਬਿਲਕੁਲ ਕਲੀਅਰ ਨਜ਼ਰ ਆਉਣਾ ਚਾਹੀਦਾ ਵਾ ਰਸਤੇ ਦੇ ਵਿੱਚ ਔਂਕਣਾ ਸਹੋ ਆ ਜਾਣ ਲੇਕਿਨ ਉਹ ਜਿਹੜਾ ਮੰਜ਼ਿਲ ਆ ਉਹਨੂੰ ਉਹ ਦਿਖਾਈ ਦੇਣੀ ਚਾਹੀਦੀ ਆ ਤਾਂ ਉੱਥੇ ਪਹੁੰਚਿਆ ਜਾ ਸਕਦਾ ਮਤਲਬ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਜੇ ਆਪਾਂ ਡਾਇਰੈਕਸ਼ਨ ਵੀ ਕਰਨੀ ਕੋਈ ਵੀ ਚੀਜ਼ ਕਰਨੀ ਆ ਇਰਾਦਾ ਮਜ਼ਬੂਤ ਹੋਊਗਾ ਕਿਉਂਕਿ ਔਂਕੜਾ ਤਾਂ ਆਉਣੀ ਆਉਣੀ ਬਿਲਕੁਲ ਬਿਲਕੁਲ ਮੈਂ ਅਕਸਰ ਕਦੇ ਕਦੇ ਆਪਣਾ ਇੱਕ ਸ਼ੇਰ ਸਾਰੇ ਦੁਨੀਆਂ ਨੂੰ ਸੁਣਾਉਂਦਾ ਜਿਹੜੇ ਬੰਦੇ ਮੈਨੂੰ ਕਦੇ ਕਦੇ ਏਦਾਂ ਲੱਗਦੇ ਜਿਹੜੇ ਕੋਈ ਨੈਗੇਟਿਵ ਗੱਲ ਕਰਦੇ ਆ ਤੇ ਮੈਂ ਉਹਨੂੰ ਜ਼ਰੂਰ ਕਹਿਣਾ ਵੀ ਜੇ ਰਾਹਾਂ ਵਿੱਚ ਆਉਣ ਮੁਸ਼ਕਲਾਂ ਹੌਸਲੇ ਬੁਲੰਦ ਕਰ ਲਈ ਦਿਲਾਂ ਪਿੱਛੇ ਮੁੜੀ ਨਾ ਤੇਰੇ ਫੈਸਲੇ ਦੀ ਕੜੀ ਹੋਵੇਗੀ ਮੈਂ ਜਾਣਦਾ ਹਾਂ ਦੁੱਖ ਸਾਰੇ ਭੁੱਲ ਜਾਏਗਾ ਕਿਉਂਕਿ ਮੰਜ਼ਿਲ ਤੇਰੀ ਉਡੀਕ ਵਿੱਚ ਖੜੇ ਹੋਵੇਗੀ ਕਿਆ ਬਾਤ ਆ ਸਰ ਜੀ ਸਿਰਾ ਲਾਤਾ ਉਸ ਤੋਂ ਭਾਜੀ ਮੈਨੂੰ ਇੱਥੋਂ ਇਹ ਲੱਗ ਰਿਹਾ ਸਭੀ ਤੁਸੀਂ ਬਾ ਕਮਾਲ ਰਾਈਟਰ ਸੀਗੇ ਮਤਲਬ ਉਦੋਂ ਤੁਹਾਡੇ ਦਿਮਾਗ 'ਚ ਇਹ ਆ ਗਿਆ ਵੀ ਰਾਈਟਰ ਦੀ ਕਦਰ ਨਹੀਂ ਪੈਂਦੀ ਬਟ ਮੈਨੂੰ ਲੱਗਦਾ ਹੁਣ ਤੁਸੀਂ ਆਪਣੀ ਰਾਈਟਿੰਗ ਦੀ ਕਲਾ ਨੂੰ ਵੀ ਬਹੁਤ ਅੱਗੇ ਲਿਜਾ ਸਕਦੇ ਹੋ ਤੈਨੂੰ ਲਿਜਾਣ ਲਈ ਤੁਸੀਂ ਯਤਨ ਵੀ ਕਰ ਰਹੇ ਹੋ ਬਿਲਕੁਲ ਬਿਲਕੁਲ ਇੱਕ ਕਹਿੰਦੇ ਨਾ ਸਮਾਂ ਹੁੰਦਾ ਵਾ ਜਦੋਂ ਤੁਹਾਡੀ ਗੱਲ ਤੇ ਕੁਛ ਸਮਾਂ ਬਹੁਤ ਵੱਡਾ ਬਲਵਾਨ ਹੈ ਸਮੇਂ ਤੋਂ ਵੱਡਾ ਕੋਈ ਨਹੀਂ ਹੈ ਤੇ ਜਦੋਂ ਤੁਹਾਡਾ ਸਮਾਂ ਸਾਥ ਦਿੰਦਾ ਵਾ ਫਿਰ ਤੁਹਾਡੀਆਂ ਗੱਲਾਂ ਤੇ ਲੋਕ ਯਕੀਨ ਕਰਦੇ ਆ ਤੇ ਉਸੇ ਤਰ੍ਹਾਂ ਇਹ 25 ਕਿੱਲੇ ਜਿਵੇਂ ਤੇ ਸਟੋਰੀ ਤੇ ਕੰਮ ਕੀਤਾ ਵਾ ਡਾਇਰੈਕਸ਼ਨ ਤੇ ਕੰਮ ਕੀਤਾ ਵਾ ਸਾਰੀ ਟੀਮ ਨੇ ਕੰਮ ਕੀਤਾ ਵਾ ਟੀਮ ਦੀ ਮਿਹਨਤ ਤੋਂ ਬਾਅਦ 25 ਕਿੱਲੇ ਸਾਰਿਆਂ ਦੇ ਸਾਹਮਣੇ ਨਜ਼ਰ ਆਏਗੀ ਠੀਕ ਹੈ ਸਰ 25 ਕਿੱਲੇ ਮੂਵੀ ਸਭ ਤੋਂ ਪਹਿਲਾਂ ਤੁਹਾਡੀ ਮੂਵੀ ਸੀਗੀ ਜੱਟ ਬੁਆਇਜ਼ ਸਰ ਜੱਟ ਬੁਆਇਜ਼ ਮੂਵੀ ਤੁਹਾਨੂੰ ਮਤਲਬ ਕਿੰਨੇ ਤੁਹਾਨੂੰ ਸਟੋਰੀ ਸੁਣਾਈ ਤੇ ਤੁਸੀਂ ਕਿਵੇਂ ਫਾਈਨਲ ਕੀਤਾ ਵੀ ਹਾਂ ਮੈਂ ਇਸ ਮੂਵੀ ਨੂੰ ਮੈਂ ਡਾਇਰੈਕਸ਼ਨ ਕਰਨੀ ਆ ਤੇ ਸਿੱਧੀ ਗੱਲ ਪਹਿਲਾਂ ਡੈਬਿਊਟ ਸੀਗਾ ਬੰਦੇ ਨੂੰ ਰਿਸਕ ਵੀ ਹੁੰਦਾ ਕਿ ਤੁਹਾਡੀ ਵੀ ਪਹਿਲੀ ਮੂਵੀ ਆ ਵੀ ਯਾਰ ਪਹਿਲੀ ਮੂਵੀ ਆ ਮੈਂ ਡੈਬਿਊਟੈਂਟ ਦੇ ਨਾਲ ਕਰ ਰਿਹਾ ਇੱਕ ਡਰ ਵੀ ਹੁੰਦਾ ਬੰਦੇ ਦੇ ਮਨ ਚ ਉਸ ਚੀਜ਼ ਨੂੰ ਤੁਸੀਂ ਕਿੱਦਾਂ ਫੇਸ ਕੀਤਾ ਕੀ ਸਿਚੁਏਸ਼ਨ ਸੀ ਉਹ ਵਾਲੀ ਦੇਖੋ ਮੂਵੀ ਦੇ ਵਿੱਚ ਬਹੁਤ ਮੁਸ਼ਕਲਾਂ ਔਂਕੜਾਂ ਆਈਆਂ ਲੇਕਿਨ ਸਭ ਤੋਂ ਵੱਡੀ ਗੱਲ ਹੁੰਦੀ ਨਾ ਜਿਹੜਾ ਤੁਹਾਡੇ ਪ੍ਰੋਡਿਊਸਰ ਆ ਅਗਰ ਉਹ ਤੁਹਾਡੇ ਤੇ ਫੇਥ ਕਰਦਾ ਵਾ ਤਾਂ ਤੁਹਾਡੀ ਫਿਲਮ ਬੜੀ ਵਧੀਆ ਬਣੇਗੀ ਤਾਂ ਪ੍ਰੋਡਿਊਸਰ ਸਾਹਿਬ ਨੇ ਫੇਥ ਕੀਤਾ ਤੇ ਇੱਕ ਛੋਟਾ ਜਿਹਾ ਟਿੱਚਾ ਜਿਵੇਂ ਮੈਂ ਜਾਣਦਾ ਸੀ ਨਹੀਂ ਸੀ ਪ੍ਰਿੰਸ ਕਵਲਜੀਤ ਸਿੰਘ ਉਹਨਾਂ ਨੂੰ ਤੇ ਉਹ ਇੱਕ ਜਗ੍ਹਾ ਸੀ ਕਿਤੇ ਬੈਠੇ ਸੀ ਉੱਥੇ ਉਹ ਮਤਲਬ ਕਰਮਜੀਤ ਅਨਮੋਲ ਉਹਨਾਂ ਨੂੰ ਇੱਕ ਕਨਸੈਪਟ ਸੁਣਾ ਰਹੇ ਥੋੜਾ ਜਿਹਾ ਮੈਂ ਸੁਣਿਆ ਸੀ ਤੇ ਜਿਵੇਂ ਹੀ ਮੇਰੀ ਗੱਲ ਹੋਈ ਪ੍ਰੋਡਿਊਸਰ ਸਾਹਿਬ ਨਾਲ ਮੈਂ ਜਿੰਨਾ ਕੁ ਮੈਂ ਸੁਣਿਆ ਉਹਨਾਂ ਹੀ ਜਾ ਕੇ ਅੱਗੇ ਸੁਣਾਤਾ ਤੇ ਥੋੜਾ ਜਿਹਾ ਕੋਲੋਂ ਮਸਾਲਾ ਲਾਤਾ ਉਹ ਕਹਿੰਦੇ ਜੀ ਕਹਿੰਦੇ ਸਟੋਰੀ ਬਹੁਤ ਵਧੀਆ ਕਹਿੰਦੇ ਅੱਗੇ ਮੈਂ ਕਿਹਾ ਜੀ ਅੱਗੇ ਫਿਰ ਹੁਣ ਜਿਹੜਾ ਰਾਈਟਰ ਆ ਨਾਲ ਆ ਕੇ ਸੁਣਾਊਂਗਾ ਫਿਰ ਮੈਂ ਪ੍ਰਿੰਸ ਉਹਨਾਂ ਨੂੰ ਕੀਤਾ ਕੰਟੈਕਟ ਫਿਰ ਆਪਾਂ ਜਿਵੇਂ ਜਿਵੇਂ ਉਹਨਾਂ ਨੂੰ ਸੁਣਾਈ ਸਾਰਾ ਵਧੀਆ ਲੱਗਾ ਉਹ ਕਹਿੰਦੇ ਲੋਕਾਂ ਕੋਲ ਸਟੋਰੀਆਂ ਨਹੀਂ ਆ ਲੇਕਿਨ ਤੁਸੀਂ ਅੱਛਾ ਕੰਮ ਕਰ ਰਹੇ ਹੋ ਏਦਾਂ ਏਦਾਂ ਸਾਡੀ ਗੱਡੀ ਜਿਹੜੀ ਪਤਲੀ ਤੇ ਆ ਗਈ ਬਿਲਕੁਲ ਬਿਲਕੁਲ ਸਰ ਬਹੁਤ ਵਧੀਆ ਲੱਗਾ ਹੁਣ ਸਰ ਆਪਾਂ ਥੋੜੇ ਤੁਹਾਡੇ ਬਚਪਨ ਨਾਲ ਜਾਣੇ ਆ ਤੁਸੀਂ ਕਿੱਥੋਂ ਮਤਲਬ ਪੜੇ ਕਿਹੜਾ ਤੁਹਾਡਾ ਪਿੰਡ ਆ ਘਰ ਚ ਪਰਿਵਾਰ ਚ ਕੌਣ ਕੌਣ ਆ ਮੈਰਿਡ ਜਾਂ ਅਨਮੈਰਿਡ ਸਭ ਦੱਸੋ ਤੁਸੀਂ ਸਾਨੂੰ ਜੀ ਮੈਂ ਮੇਰਾ ਪਿੰਡ ਆ ਅੰਮ੍ਰਿਤਸਰ ਜ਼ਿਲ੍ਹਾ ਮਜੀਠੀ ਹਲਕੇ ਚ ਪਿੰਡ ਆ ਬਡਾਲਾ ਵੀਰਮ ਓਕੇ ਜੀ ਬਡਾਲਾ ਜੇ ਤੁਸੀਂ ਇੱਕ ਬੜੇ ਮਹਾਨ ਕਵੀ ਹੋਏ ਆ ਕਵੀ ਸ਼ਾਹ ਮੁਹੰਮਦ ਹਾਂਜੀ ਜੰਗਨਾਮਾ ਤੇ ਸਿੰਘਾਂ ਜੰਗਨਾਮਾ ਸਿੰਘਾਂ ਤੇ ਤਰੰਗੀਆਂ ਦਾ ਲਿਖਿਆ ਤੇ ਉਸ ਮਤਲਬ ਪਿੰਡ ਦਾ ਮੈਂ ਜੰਮ ਪਾਲਿਆ ਜਿੱਥੇ ਸ਼ਾਹ ਮੁਹੰਮਦ ਪੈਦਾ ਹੋਇਆ ਸੀ ਜਿੱਥੇ ਤੇ ਮੇਰੇ ਨਸੀਬ ਸੀ ਕਿ ਮੈਂ ਉਹਨਾਂ ਹੀ ਉਸ ਹੀ ਮੁਹੱਲੇ ਚ ਉਸ ਘਰਾਂ ਚ ਪਲਿਆ ਵਾ ਜਿੱਥੇ ਉਹ ਬਹਿ ਕੇ ਲਿਖਦਾ ਸੀ ਹਾਂਜੀ ਤੇ ਜਿਹੜੇ ਫਿਰ ਜਿਹੜੇ ਮੇਰੇ ਭੈਣ ਭਰਾ ਮਿੱਤਰ ਰਿਸ਼ਤੇਦਾਰ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਕਈ ਵਾਰ ਆਖਿਆ ਕਿ ਮਤਲਬ ਇਹ ਕੁਛ ਨੀ ਬਣ ਸਕਦਾ ਇਹ ਕਿਹੜੇ ਕੰਜਰ ਖਾਨੇ ਚ ਪੈ ਗਿਆ ਤੇ ਹਾਂ ਤੇ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਜੇ ਤੁਹਾਨੂੰ ਉਹ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ ਤੁਹਾਨੂੰ ਮੁਸ਼ਕਲਾਂ ਨਹੀਂ ਆਉਂਦੀਆਂ ਤੁਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ ਤੇ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਹੀ ਉਹਨਾਂ ਲੋਕਾਂ ਦਾ ਕਰਦਾ ਵਾਂ ਜਿਹੜੇ ਤੁਹਾਨੂੰ ਕਹਿੰਦੇ ਵੀ ਤੁਸੀਂ ਕੁਛ ਨਹੀਂ ਬਣ ਸਕਦੇ ਮਤਲਬ ਇੱਥੋਂ ਆਪਾਂ ਤੁਹਾਡੀ ਇਸ ਗੱਲ ਤੋਂ ਇਹ ਸਿੱਖ ਸਕਦੇ ਹਾਂ ਕਿ ਜਿਹੜੇ ਨੈਗੇਟਿਵਿਟੀ ਸਾਡੀ ਲਾਈਫ ਵਿੱਚ ਬੰਦੇ ਲੈ ਕੇ ਆ ਰਹੇ ਆ ਉਹਨਾਂ ਨੂੰ ਜੇ ਆਪਾਂ ਪੋਜ਼ਿਟਿਵ ਇਹ ਨਾ ਲੈ ਕੇ ਚੱਲੀਏ ਤਾਂ ਸਾਨੂੰ ਸਾਡੀ ਮੰਜ਼ਿਲ ਜ਼ਰੂਰ ਮਿਲਦੀ ਬਿਲਕੁਲ ਬਿਲਕੁਲ ਉਹ ਜਿਹੜੀਆਂ ਗੱਲਾਂ ਨੂੰ ਤੁਸੀਂ ਹਥਿਆਰ ਬਣਾ ਲਓ ਆਪਣੇ ਅੰਦਰ ਦੇ ਜਜ਼ਬੇ ਨੂੰ ਹੋਰ ਦ੍ਰਿੜ ਕਰਨ ਲਈ ਉਹ ਗੱਲਾਂ ਤੁਹਾਡਾ ਸਹਾਇਕ ਹੋ ਜਾਂਦੀਆਂ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਹੋ ਤਾਂ ਉਹ ਗੱਲਾਂ ਵੀ ਕਿਤੇ ਨਾ ਕਿਤੇ એનર્ਜੀ ਦਾ ਰੂਪ ਲੈ ਲੈਂਦੀਆਂ ਤੇ ਸਰ ਤੁਹਾਡੀ ਐਜੂਕੇਸ਼ਨ ਕਿੱਥੋਂ ਹੋਈ ਤੇ ਤੁਸੀਂ ਕਿੱਥੇ ਤੱਕ ਪੜ੍ਹੇ ਤੁਸੀਂ ਥੀਏਟਰ ਦੀ ਐਮਏ ਕੀਤੀ ਜਾਂ ਕੁਝ ਕੀ ਸੀਗਾ ਮੈਂ
ਮੈਂ ਜੀ ਪਿੰਡ ਆਪਣੇ ਸਕੂਲ ਚ ਪੜ੍ਹਿਆ ਵਾ, ਬਿਲਕੁਲ ਸਰਕਾਰੀ ਸਕੂਲ ਹੀ, ਉੱਥੇ ਹੀ ਅਸੀਂ ਮੈਂ ਜਿੰਨੀ ਕੁਆਲੀਫਿਕੇਸ਼ਨ ਕੀਤੀ ਸਕੂਲ ਪਾਸ ਕੀਤਾ, ਉਹ ਤੋਂ ਬਾਅਦ ਮੈਂ ਮੈਨੂੰ ਸ਼ੌਂਕ ਇੰਨਾ ਜ਼ਿਆਦਾ ਸੀ, ਮੈਂ ਆਪਣੀ ਇਸ ਫੀਲਡ ਦੇ ਵਿੱਚ ਆਇਆ ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਮਤਲਬ ਕਿੱਥੇ ਜਾਵਾਂ, ਕਿੱਧਰ ਡਾਇਰੈਕਸ਼ਨ ਹੁੰਦੀ ਕੀ ਆ, ਮਤਲਬ ਲੋਕ ਕਿਵੇਂ ਕੰਮ ਕਰਦੇ ਨੇ ਕੋਈ ਪਤਾ ਨਹੀਂ ਸੀ। ਮਤਲਬ ਮੈਂ ਚਾਹੁੰਦਾ ਸੀ ਕਿ ਮੈਂ FTI ਤੋਂ ਜਿਵੇਂ ਇਸ ਵੱਡੇ ਸਕੂਲ ਤੋਂ ਕਿਸੇ ਤੋਂ ਡਿਪਲੋਮਾ ਕਰਾਂ, ਲੇਕਿਨ ਘਰ ਦੇ ਕੁਛ ਹਾਲਾਤ ਇੱਦਾਂ ਦੇ ਸੀ ਕਿ ਮੈਂ ਉਹਨਾਂ ਦੀ ਫੀਸ ਨਹੀਂ ਉਤਾਰ ਸਕਦਾ ਜਾਂ ਕੁਛ ਵੀ। ਮਿਲਿਆ ਵੀ ਬੜੇ ਲੋਕਾਂ ਨੂੰ, ਫਿਰ ਐਂਡ ਆਫ ਡੇ ਪਤਾ ਲੱਗਿਆ ਵੀ ਮੈਨੂੰ ਅਸਿਸਟ ਕਰਨਾ ਪੈਣਾ, ਮੈਨੂੰ ਕਿਸੇ ਦਾ ਅਸਿਸਟੈਂਟ ਲੱਗਣਾ ਪੈਣਾ। ਤੇ ਬਹੁਤ ਜਗ੍ਹਾ ਤੇ ਕੰਮ ਕੀਤਾ, ਬੜੇ ਉਸਤਾਦਾਂ ਤੋਂ ਸਿੱਖਿਆ ਕਈਆਂ ਤੋਂ, ਤੇ ਜਿਵੇਂ ਜਿਵੇਂ ਪਤਾ ਚੱਲਦਾ ਗਿਆ ਕਿ ਮੇਰੀ ਫਿਲਮ ਨਹੀਂ ਆ, ਫਿਲਮ ਲਈ ਮੈਨੂੰ ਜਾਣਾ ਪੈਣਾ, ਕਿਤੇ TV ਕੀਤਾ, ਕਿਤੇ ਵੀਡੀਓ ਕੀਤੇ, ਕਿਤੇ ਕਾਰਪੋਰੇਟ ਕੀਤੇ, ਕਿਤੇ ਮਤਲਬ ਈਵੈਂਟਸ ਕੀਤੇ। ਫਿਰ ਜਿਵੇਂ ਜਿਵੇਂ ਕਲੈਰਿਟੀ ਵਿਜ਼ਨ ਵਾਈਜ਼ ਸਾਹਮਣੇ ਮੰਜ਼ਿਲ ਦਿਖਦੀ ਗਈ, ਆਪਣੀ ਤੌਰ ਉਧਰ ਨੂੰ ਆ। ਕਿਆ ਬਲ ਸਰ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ? ਦੱਸਣ ਲੱਗਿਆ ਤੇ ਦੱਸੀਏ ਤੇ ਫਿਰ ਬੰਦੇ ਨੂੰ ਲੱਗਦਾ ਵੀ ਬੜੇ ਸਾਲ ਲੱਗ ਜਾਂਦੇ ਆ। ਮੈਨੂੰ 10-12 ਸਾਲ ਹੋ ਗਏ ਪੂਰੇ ਇਸ ਫੀਲਡ ਦੇ ਵਿੱਚ, ਪੰਜਾਬੀ ਫੀਲਡ ਦੇ ਵਿੱਚ, ਔਰ ਕਾਫੀ ਕੰਮ ਕੀਤੇ ਆ ਪਹਿਲਾਂ ਵੀ। ਬਹੁਤ ਵਧੀਆ ਸਰ, ਤਜਰਬਾ ਤੁਹਾਡੀਆਂ ਗੱਲਾਂ ਵਿੱਚੋਂ ਝਲਕਦਾ ਵੀ ਜੋ ਇੱਕ ਤਜਰਬੇਦਾਰ ਇਨਸਾਨ ਬੋਲਿਆ, 10-12 ਸਾਲ ਨੀ ਇਹ ਲੱਗ ਰਿਹਾ ਵੀ ਤੁਸੀਂ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਇਸ ਫੀਲਡ ਦੇ ਵਿੱਚ, ਤੁਹਾਡੀਆਂ ਗੱਲਾਂ ਤੋਂ ਨਜ਼ਰ ਆਉਂਦਾ ਜੀ। ਹਾਂਜੀ ਥੈਂਕ ਯੂ। ਤੇ ਸਰ 25 ਕਿੱਲੇ ਤੇ ਹੁਣ ਆਪਾਂ ਵਾਪਸ ਆਉਂਦੇ ਹਾਂ, 25 ਕਿੱਲੇ ਦਾ ਜਿਹੜਾ ਤੁਹਾਡਾ ਰੱਬਾ ਗਾਣਾ ਆਇਆ ਨਾ, ਉਹ ਮੈਂ ਸੁਣਿਆ ਤੁਸੀਂ 1 ਟੇਕ ਦੇ ਵਿੱਚ ਕੀਤਾ, ਤੁਸੀਂ ਇਹਦੇ ਬਾਰੇ ਮੈਨੂੰ ਡਿਟੇਲ ਦੱਸੋ ਵੀ 1 ਟੇਕ ਦੇ ਵਿੱਚ ਕਰਨ ਚ ਕੀ ਪ੍ਰੋਬਲਮ ਹੋਈ, ਇਹ ਸੱਚੀ ਗੱਲ ਆ ਪਹਿਲਾਂ ਤੇ ਇਹ ਸਾਡੇ ਸਰੋਤਿਆਂ ਨੂੰ ਕਲੀਅਰ ਕਰੋ। ਹਾਂਜੀ, 1 ਟੇਕ ਦਾ ਜਿਹੜਾ ਆਈਡੀਆ ਸੀ, ਅਸੀਂ ਜਦੋਂ ਪ੍ਰੀ ਪ੍ਰੋਡਕਸ਼ਨ ਕਰਦੇ ਸੀ ਸਾਡੇ ਨਾਲ ਪ੍ਰੋਡਿਊਸਰ ਸਾਹਿਬ ਸਾਰੀ ਟੀਮ, ਅਸੀਂ ਉੱਥੇ ਹੀ ਡਿਸਾਈਡ ਕਰ ਲਿਆ ਕਿ ਗਾਣਾ ਜਿਹੜਾ ਵਾ ਇਹ ਗਾਣਾ ਪਹਿਲਾਂ ਤਾਂ ਨਾਲ ਜਿਵੇਂ ਮਿਊਜ਼ਿਕ ਡਾਇਰੈਕਟਰ ਅਜੈ ਦੇਵ ਕੁਮਾਰ ਜੀ, ਉਹਨਾਂ ਦੇ ਨਾਲ ਵੀ ਲਿਖਤ ਤੋਂ ਲੈ ਕੇ ਮਿਊਜ਼ਿਕ ਦੇ ਵਿੱਚ ਸਾਰਾ ਕੁਛ ਨਾਲ ਬੈਠ ਕੇ ਤਿਆਰ ਕਰਵਾਇਆ, ਔਰ ਉਸ ਤੋਂ ਬਾਅਦ ਜਿਹੜਾ 1 ਟੇਕ ਦਾ ਆਈਡੀਆ ਸੀ ਉੱਥੇ ਹੀ ਡਿਸਾਈਡ ਕਰ ਲਿਆ ਕਿ ਅਸੀਂ ਇਹ ਗਾਣਾ 1 ਟੇਕ ਕਰਨਾ। ਲੇਕਿਨ ਉਹਦੇ ਵਿੱਚ ਮੁਸ਼ਕਿਲਾਂ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਆਰਟ ਦਾ ਕੰਮ ਕਰਨਾ ਹੁੰਦਾ, ਜਿੱਦਾਂ ਆਰਟ ਡਾਇਰੈਕਟਰ ਦਾ ਕੰਮ ਹੈ, ਜਾਂ ਪੂਰਾ ਪਰਫੈਕਸ਼ਨ ਵਾਈਜ਼ ਕਿੰਨੇ ਕਿਤੋਂ ਕਿੰਨਾ ਮੇਚ ਕੇ, ਸਾਡਾ ਇਹ ਚਾਹੀਦਾ ਇੱਕ ਬੰਦੇ ਜੇ ਅਗਰ ਇੱਕ ਮਤਲਬ ਆਰਟਿਸਟ ਪਰਫੋਰਮ ਕਰੇਗਾ ਤਾਂ ਉਹ ਕਿੱਥੇ ਜਾ ਕੇ ਇੱਕ ਨੂੰ ਛੱਡੇਗਾ ਤੇ ਦੂਜਾ ਉੱਥੋਂ ਫੋਲੋ ਕਰੇਗਾ। ਮਤਲਬ ਬੇਸਿਕਲੀ ਟੈਕਨੀਕਲ ਟਫ ਜੋਬ ਆ, ਲੇਕਿਨ ਕੀ ਹੈ ਕਿ ਜਦੋਂ ਸਾਰਿਆਂ ਨੇ ਸਾਡਾ ਸਾਥ ਦਿੱਤਾ, ਸਾਰੇ ਐਕਟਰਾਂ ਨੇ ਦਿੱਤਾ, ਹਰ ਇੱਕ ਡਿਪਾਰਟਮੈਂਟ ਨੇ ਸਾਥ ਦਿੱਤਾ, ਕੋਰੀਓਗ੍ਰਾਫਰ ਵਧੀਆ ਹੀ, ਲੇਵਲ ਨੇ ਅੱਛਾ ਕੰਮ ਕੀਤਾ, ਮਤਲਬ ਸਟੱਡੀ ਕੈਂਪ ਵਾਲਾ ਮੁੰਡਾ ਅੱਛਾ ਹੀ, ਬਾਨੂ ਅੱਛਾ ਹੀ, ਉਹਨੇ ਵੀ ਕੰਮ ਅੱਛਾ ਕੀਤਾ, ਕਿਉਂਕਿ ਜਿਹੜਾ ਸਾਰਾ ਮੇਰਾ ਸਿਰਫ ਇੱਕ ਵਿਜ਼ਨ ਆ, ਜਦੋਂ ਟੀਮ ਕੰਮ ਕਰਦੀ ਆ ਉਦੋਂ ਕੰਮ ਨਿਕਲਦਾ, ਮੇਰੇ ਵਿਜ਼ਨ ਦੇ ਉੱਤੇ ਉਹਨੇ 4 ਚੰਨ ਲਾਏ। ਔਰ ਜਦੋਂ ਅਸੀਂ ਪਹਿਲੇ ਦਿਨ ਗਏ ਤਾਂ ਮੈਦਾਨ ਸਾਫ ਦੇਖ ਕੇ ਕੋਰੀਓਗ੍ਰਾਫਰ ਕਹਿੰਦਾ ਭਾਜੀ ਇੱਥੇ ਗਾਣਾ ਹੋਊਗਾ। ਮੈਂ ਉਹਨੂੰ ਹੱਸ ਕੇ ਕਿਹਾ, ਮੈਂ ਕਿਹਾ ਇੱਥੇ ਹੀ ਹੋਣਾ ਵਾ ਤੇ ਹੋਣਾ ਵੀ 1 ਟੇਕ ਹੀ ਆ। ਕੀ ਬਾਤ ਹੈ ਜੀ, ਜਜ਼ਬਾ ਤੁਹਾਡੀਆਂ ਗੱਲਾਂ ਵੀ ਬੋਲਦਾ। ਤੇ ਸਰ ਕਿੰਨੀਆਂ ਰਿਹਰਸਲਸ ਕਰਨੀਆਂ ਪਈਆਂ ਆਪਾਂ ਨੂੰ? ਜਿੱਦਾਂ CID ਦਾ ਇੱਕ ਹੈਗਾ, ਉਹਨਾਂ ਨੇ 108 ਮਿੰਟ ਦਾ ਨਾ ਇੱਕ ਕੀਤਾ ਹੈ ਐਪੀਸੋਡ, ਤੇ ਉਹ ਕਹਿੰਦੇ ਵੀ ਸਾਨੂੰ 7 ਦਿਨ ਲੱਗ ਗਏ ਰਿਹਰਸਲਸ ਕਰਨ, ਉਹਨਾਂ ਦਾ ਵਰਲਡ ਰਿਕਾਰਡ ਆ, ਉਹਨਾਂ ਨੇ 108 ਮਿੰਟ ਦਾ ਕੀਤਾ ਜੀ। ਹਾਂ, ਸਾਨੂੰ ਜਿਹੜਾ 1 ਦਿਨ ਦੀ ਸਾਨੂੰ ਸੈਟ ਲਾਉਣ ਤੇ ਪੂਰਾ ਲੱਗਿਆ ਸੀ, ਉਹਦੇ ਵਿੱਚ ਸਾਨੂੰ ਪਹਿਲੇ ਦਿਨ ਥੋੜੀ ਇੱਕ ਰਿਹਰਸਲ ਕੀਤੀ, ਦੂਸਰੇ ਦਿਨ ਅਸੀਂ ਦੁਪਹਿਰ ਤੋਂ ਰਿਹਰਸਲ ਸ਼ੁਰੂ ਕੀਤੀ, ਦੈਨ ਅਸੀਂ ਟੇਕ ਕਰਨਾ ਸ਼ੁਰੂ ਕੀਤਾ 7 ਵਜੇ, ਔਰ ਅਸੀਂ 11 ਵਜੇ 4 ਹੀ ਓਨਲੀ 4 ਟੇਕ ਕੀਤੇ ਸੀ ਉਹਨਾਂ ਦੇ ਵਿੱਚ। 1 ਟੇਕ ਸਭ ਤੋਂ ਬੈਸਟ ਟੇਕ, ਅਸੀਂ 4 ਮਿੰਟ ਦਾ ਟੇਕ ਜਿਹੜਾ ਇੱਕ ਵਾਰ ਕੈਮਰਾ ਰੋਲ ਐਕਸ਼ਨ ਦੈਨ 4 ਮਿੰਟ ਦੇ ਪੂਰੇ ਟੇਕ ਤੋਂ ਬਾਅਦ ਕਰ, ਸਾਰਿਆਂ ਦੀ ਬੈਸਟ ਪਰਫਾਰਮੈਂਸ। ਔਰ ਇੱਕ ਗਾਣਾ ਜਿਹੜਾ ਵਾਹ ਰੱਬਾ ਸਾਰੇ ਚੈਨਲਾਂ ਤੇ ਚੱਲ ਰਿਹਾ, ਸਾਰੇ ਯੂਟਿਊਬ ਤੇ ਦੇਖਿਆ ਤੁਸੀਂ, ਸਾਰਿਆਂ ਨੂੰ 1 ਟੇਕ ਦੇਖਿਆ ਉਹ 4 ਮਿੰਟ ਦਾ। ਠੀਕ ਹੈ ਸਰ, ਸਰ ਨਾ ਜਦੋਂ ਜੋਗਰਾਜ ਤੇ ਗੁੱਗੂ ਗਿੱਲ ਜੀ ਦੀ ਨਾ ਮੂਵੀ ਆਉਂਦੀ ਹੈ, ਮਤਲਬ ਨਾ ਇੱਕ ਨਾ ਕਰੇਜ਼ ਬਣ ਜਾਂਦਾ, ਮੈਨੂੰ ਫਨੀ ਐਲੀਮੈਂਟ ਯੂਟਿਊਬ ਤੇ ਮੈਂ ਵਟਸਐਪ ਤੇ ਮੈਨੂੰ ਵੀਡੀਓ ਆਈ ਸੀ ਨਾ, ਬੰਦਾ ਕਰਿਆ ਕਿ ਵੀ ਕਹਿੰਦਾ ਨਾ ਬੋਲਦਾ, ਮਤਲਬ ਮੇਰਾ ਸਵਾਲ ਇਹ ਹੋਊਗਾ, ਪਹਿਲਾਂ ਮੈਂ ਸਵਾਲ ਦੱਸਦਾ ਵੀ ਤੁਹਾਡੇ ਜੀ ਵੀ ਉਹਨਾਂ ਵਾਰੀ ਡਾਇਲੋਗ ਡਿਲੀਵਰੀ ਜਾਂ ਮੈਂਟੈਲਿਟੀ ਆਪਾਂ ਕਹਿੰਦੇ ਵੀ ਵਧਦੀ ਸੀ ਨਾ, ਬੰਦਾ ਆਉਂਦਾ ਕਰਿਆ ਕਹਿੰਦਾ ਨਾ ਮੰਮੀ ਏ ਅੱਜ ਰੋਟੀ ਵਿੱਚ ਕੀ ਬਣਾਇਆ, ਏਦਾਂ ਬੋਲਦਾ ਨਾ ਬੰਦਾ ਜੋਗਰਾਜ ਸਾਹਿਬ ਦਾ ਡਾਇਲੋਗ, ਏਦਾਂ ਮਤਲਬ ਸੈੱਟ ਤੇ ਹੁੰਦਾ ਸੀਗਾ, ਤੁਹਾਡੇ ਨਾਲ ਵੀ ਉਹਨਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਕੋਈ? ਨਹੀਂ, ਇਹ ਇੱਕ ਹੁੰਦਾ ਸਿਨੇਮੇ ਦਾ ਦੌਰ ਹੁੰਦਾ, ਹਰ ਸਿਨੇਮੇ ਦੇ ਵਿੱਚ ਕਿਹੜੀ ਚੀਜ਼ ਕਦੋਂ ਚੱਲਦੀ ਆ, ਤੇ ਉਹ ਇਹ ਸਿਰਫ ਹੁੰਦਾ ਜਿਹੜਾ ਪਬਲਿਕ ਦੇ ਪਿਆਰ ਤੇ, ਜੋ ਦੇਖਣਾ ਚਾਹੁੰਦੇ ਆ ਬਣਾਉਣ ਵਾਲੇ ਵੀ ਉਹੀ ਬਣਾਉਣਾ ਚਾਹੁੰਦੇ ਆ। ਔਰ ਇਹ ਜਿਹੜੀ ਫਿਲਮ ਸਾਡੀ ਹੁਣ ਆ ਰਹੀ ਹੈ, ਉਹ ਇੰਨੇ ਚਿਰ ਬਾਅਦ ਇੱਕ ਦੂਜੇ ਨਾਲ ਇਕੱਠੇ ਨਜ਼ਰ ਆਉਣਗੇ, ਬੜੇ ਡੀਸੈਂਟ ਔਰ ਅੱਛੇ ਐਂਗਲ ਚ ਨਜ਼ਰ ਆਉਣਗੇ, ਔਰ ਜਿਹੜਾ ਉਹਨਾਂ ਦਾ ਐਕਟਿੰਗ ਦਾ ਵੀ ਆ,
ਉਹ ਮਤਲਬ ਅੱਜ ਦੇ ਦੌਰ ਚ ਪੂਰਾ ਪਰਫੈਕਟਲੀ ਜੋ ਸਾਨੂੰ ਚਾਹੀਦਾ ਉਹੀ ਪਲੇ ਕੀਤਾ। ਗੁੱਗੂ ਭਾਜੀ ਨੇ ਵੀ, ਯੋਗਰਾਜ ਭਾਜੀ ਨੇ ਵੀ ਬਹੁਤ ਅੱਛਾ ਪਲੇ ਕੀਤਾ, ਅੰਦਰ ਪਲੇ ਕੀਤਾ। ਮੈਨੂੰ ਤੇ ਯੋਗਰਾਜ ਭਾਜੀ ਦੀ ਇੰਨੀ ਵਧੀਆ ਗੱਲ ਲੱਗੀ ਇੱਕ ਵਾਰ ਜਦੋਂ ਸਾਡੀ ਡਿਸਕਸ਼ਨ ਹੋਈ ਵੀ ਮੇਰਾ ਕਰੈਕਟਰ ਏਦਾਂ ਦਾ ਵਾ, ਵਿਚਿੱਤਰ ਸਿੰਘ ਨਾਮ ਦਾ ਇੱਕ ਐਸਾ ਬੰਦਾ ਵਾ ਇੱਕ ਸਰਾਂ ਦੇਖੇਗਾ, ਤੇ ਉਹਨਾਂ ਨੇ ਪੂਰਾ ਉਹਨੂੰ ਸਮਝ ਕੇ ਉਸ ਹਿਸਾਬ ਨਾਲ ਇੱਕ ਵਾਰ ਆਪਣੇ ਆਪ ਚ ਕਰੈਕਟਰ ਪਾ ਲਿਆ, ਫਿਰ ਮਤਲਬ ਸਾਰੀ ਫਿਲਮ ਚ ਕੋਈ ਦਿੱਕਤ ਨੀ ਆਈ। ਡਾਇਰੈਕਟਰ ਦਾ ਆਪਣਾ ਵਿਜ਼ਨ ਕਲੀਅਰ ਹੋਣਾ ਚਾਹੀਦਾ, ਕਿਉਂਕਿ ਉਹ ਤੇ ਇੱਕ ਚੀਜ਼ ਨੂੰ 10 ਤਰ੍ਹਾਂ ਪਲੇ ਕਰਕੇ ਦੱਸ ਸਕਦੇ ਆ, ਲੇਕਿਨ ਕੀ ਹੈ ਕਿ ਤੁਹਾਨੂੰ ਕੀ ਚੀਜ਼ ਚਾਹੀਦੀ ਆ ਉਹਨਾਂ ਤੋਂ, ਬਸ ਉਹੀ ਕੰਮ ਕਰਾਓ। ਬਿਲਕੁਲ ਬਿਲਕੁਲ ਸਰ, ਕਿੱਡੇ ਵੱਡੇ ਇਨਸਾਨਾਂ ਦੇ ਨਾਲ ਕੰਮ ਕਰਨਾ ਇੱਕ ਚੰਗੇ ਕਰਮਾਂ ਦੀ ਗੱਲ ਆ। ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੋ ਕਿੰਨੇ ਵੱਡੇ ਬਿਲਕੁਲ ਜੀ ਬਿਲਕੁਲ, ਮੇਰੇ ਵੱਡੇ ਭਾਗ ਆ। ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਵੀ ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ, ਜਿਵੇਂ ਵਨ ਟੇਕ ਵਾਲਾ ਗਾਣਾ ਵਾ, ਜਿਵੇਂ ਕਿਸੇ ਨੂੰ ਅਸੀਂ ਲਾਂਚ ਕਰਦੇ ਆ ਜਾਂ ਏਦਾਂ ਮਤਲਬ ਇੰਨੇ ਸਾਲਾਂ ਬਾਅਦ ਕੱਟੇ ਆ ਰਹੇ ਆ, ਤਾਂ ਮੇਰੇ ਲਈ ਬਹੁਤ ਵੱਡੀ ਗੱਲ ਆ, ਕਿਉਂਕਿ ਇਹ ਸਾਰਾ ਇੱਕ ਐਂਡ ਆਫ ਪੰਜਾਬੀ ਹਿਸਟਰੀ ਆ, ਇੱਕ ਪੰਜਾਬੀ ਸਿਨੇਮੇ ਦੀ ਹਿਸਟਰੀ ਚ ਇਹ ਗੱਲਾਂ ਹਮੇਸ਼ਾ ਯਾਦ ਰਹਿਣੀਆਂ ਵਾ, ਤੇ ਲੋਕ ਯਾਦ ਕਰਨਗੇ ਕਿ ਦੁਬਾਰਾ ਇਸ ਤਰ੍ਹਾਂ ਆਏ ਆ। ਬਿਲਕੁਲ ਸਰ, ਛੋਟਾ ਮੋਟਾ ਜਿਹੜਾ ਮੇਰੇ ਕਰਨ ਵਾਲਾ ਜਿਹੜਾ ਕਰੈਕਟਰ ਹੈ ਜਿਹੜਾ ਬਿਲਕੁਲ, ਹਾਲਾਂਕਿ ਕਈ ਵਾਰਾਂ ਤੇ ਇੱਕ ਐਕਟਰ ਹੀ ਹੁੰਦਾ, ਅੱਧਾ ਐਕਟਰ ਤੇ ਡਾਇਰੈਕਟਰ ਹੁੰਦਾ, ਨੇ ਦੱਸਣਾ ਕੋਈ ਡਾਇਲੋਗ ਨਹੀਂ ਸਮਝ ਆ ਰਿਹਾ, ਡਾਇਰੈਕਟਰ ਦੇ ਵਿੱਚ ਇਹਨੂੰ ਕਿੱਦਾਂ ਬੋਲਿਆ ਜਾ ਰਿਹਾ। ਬਿਲਕੁਲ ਜੀ, ਉਹੀ ਇਹ ਕੰਮ ਤਾਂ ਵੈਸੇ ਬੰਦੇ ਦੇ ਡਾਇਰੈਕਟਰ ਦੇ ਅੰਦਰ ਅੱਧੇ ਤੋਂ ਜ਼ਿਆਦਾ ਐਕਟਰ ਹੁੰਦਾ ਹੀ ਹੈ, ਲੇਕਿਨ ਇਹ ਜੌਬ ਨਹੀਂ ਹੈ ਜਿਸ ਤਰ੍ਹਾਂ ਮਤਲਬ ਮੈਂ ਜੇ ਡਾਇਰੈਕਟਰ ਆਇਆ ਤਾਂ ਮੈਂ ਖੁਦ ਨੂੰ ਐਕਟਰ ਪ੍ਰੈਜੈਂਟ ਕਰੂੰਗਾ, ਤੇ ਮਤਲਬ ਹੋ ਸਕਦਾ ਮੈਂ ਵਧੀਆ ਜੌਬ ਨਾ ਉਹ ਕਰ ਪਾਵਾਂ, ਤੇ ਹੋ ਸਕਦਾ ਜੇ ਕੋਈ ਹੋਰ ਡਾਇਰੈਕਟਰ ਮੇਰੇ ਤੋਂ ਐਕਟਰ ਵਾਲਾ ਕੰਮ ਕਰਾਊਗਾ ਤੇ ਉਹ ਇੱਕ ਜੌਬ ਹੋ ਜਾਂਦੀ। ਬਿਲਕੁਲ ਸਰ, ਇਹ ਜਾਨੀ ਡਿਫਰੈਂਸ ਹੈ, ਮਤਲਬ ਇੰਨਾ ਇੰਟਰਸਟ ਨਹੀਂ ਹੈ ਫਿਰ ਵੀ ਤੁਸੀਂ ਕਹੋਗੇ ਜੇ ਕੋਈ ਰੋਲ ਸਾਨੂੰ ਲੱਭਦਾ ਹੋਇਆ ਤੁਸੀਂ ਜ਼ਰੂਰ ਕਰੂੰਗਾ। ਕਿਤੇ ਆਉਣ ਵਾਲੇ ਸਮੇ ਚ ਤਾਂ ਫੇਰ ਹੋ ਸਕਦਾ ਮੈਂ ਟਰਾਈ ਕਰਾਂ, ਅਦਰਵਾਈਜ਼ ਮੈਨੂੰ ਐਕਟਿੰਗ ਦਾ ਇੰਨਾ ਜ਼ਿਆਦਾ ਸ਼ੌਂਕ ਨਹੀਂ ਹੈ। ਠੀਕ ਹੈ ਸਰ, ਆਪਣੇ ਨਾ ਪੰਜਾਬੀ ਮੂਵੀ ਦਾ ਇੱਕ ਟ੍ਰੈਂਡ ਬਣ ਚੁੱਕਾ ਹੈ, ਸਾਡੇ ਨਾਲ ਨਾ ਹੋਰ ਸਟੇਟਸ ਦੇ ਬੱਚੇ ਵੀ ਇੰਟਰੈਕਟ ਕਰਦੇ ਆ, ਤੇ ਉਹ ਇਹ ਗੱਲ ਕਹਿੰਦੇ ਵੀ ਪੰਜਾਬੀ ਇੰਡਸਟਰੀ ਵਿੱਚ ਸਿਰਫ ਕਾਮੇਡੀ ਮੂਵੀਜ਼ ਹੀ ਜ਼ਿਆਦਾ ਚੱਲ ਸਕਦੀਆਂ। ਉਹਦਾ ਕਾਰਨ ਹੁਣ ਆਪਾਂ ਇਹ ਦੇ ਸਕਦੇ ਹਾਂ ਕਿ ਸਰੋਤੇ ਪੰਜਾਬੀ ਮੂਵੀਜ਼ ਜ਼ਿਆਦਾ ਦੇਖਣਾ ਪਸੰਦ ਕਰ ਰਹੇ ਆ ਜਾਂ ਬਣਾਈਆਂ ਜ਼ਿਆਦਾਤਰ ਕਾਮੇਡੀ ਮੂਵੀਜ਼ ਜਾਂਦੀਆਂ, ਕਿ ਉਹਨਾਂ ਲੱਗਦਾ ਵੀ ਯਾਰ ਪੰਜਾਬੀ 'ਚ ਕਾਮੇਡੀ ਮੂਵੀ ਚੱਲੀ ਆ, ਜੇ ਆਪਾਂ ਸੀਰੀਅਸ ਬਣਾਈਏ ਤਾਂ ਚੱਲਣੀ ਨਹੀਂ ਹੈ, ਇਹ ਕੀ ਤੁਹਾਨੂੰ ਕਾਰਨ ਨਜ਼ਰ ਆ ਰਿਹਾ? ਨਹੀਂ ਨਹੀਂ, ਇਹ ਕਾਮੇਡੀ ਵਾਲਾ ਕੋਈ ਏਦਾਂ ਦਾ ਚੱਕਰ ਹੈ ਨਹੀਂ, ਕਿਉਂਕਿ ਦੇਖੋ ਪਹਿਲਾਂ ਕਾਮੇਡੀ ਮੋਸਟਲੀ ਕਾਮੇਡੀ ਫਿਲਮਾਂ ਬਣਦੀਆਂ ਸੀ, 2013 ਚ ਜੱਟ ਬਾਏ ਫਿਲਮ ਐਸੀ ਰਿਲੀਜ਼ ਹੋਈ ਹੈ ਜਿਹੜੀ ਸਾਰੇ ਸੈਕਟਰ ਤੋਂ ਹਟ ਕੇ ਸੀ, ਔਰ ਉਹ ਫਿਲਮ ਵੀ ਸਕਸੈਸ ਹੋਈ ਹੈ, ਬਲੋਕਬਸਟਰ ਤੇ ਉਹਨੇ ਕਮਾਲ ਕੀਤੀ ਹੈ। ਫਿਲਮ ਦਾ ਸਿਰਫ ਇੰਨਾ ਹੀ ਹੈ ਕਿ ਜਿਹੜੀਆਂ ਸਾਡੀਆਂ ਕਹਾਣੀਆਂ ਵਾ, ਅਗਰ ਕਹਾਣੀ ਅੱਛੀ ਆ, ਕਹਾਣੀ ਦਰਸ਼ਕ ਨੂੰ ਬੰਨ ਕੇ ਰੱਖਦੀ ਆ, ਮੇਰੇ ਖਿਆਲ ਨਾਲ 2013 ਤੋਂ ਬਾਅਦ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਡਿਫਰੈਂਟ ਸਟੋਰੀਆਂ ਦੇ ਉੱਤੇ ਬਣਦੀਆਂ ਨੇ, ਨੋਟ ਕੇ ਇਕੱਲੀਆਂ ਕਮੇਡੀ। ਬਿਲਕੁਲ ਬਿਲਕੁਲ ਸਰ, ਤਾਂ ਮੋਸਟਲੀ ਬਟ ਆਪਣੀ ਪੰਜਾਬੀ ਮੂਵੀਜ਼ ਵਿੱਚ ਆਪਾਂ ਦੇਖੀਏ ਜ਼ਿਆਦਾ ਕਲੈਕਸ਼ਨ ਜੇ ਨਹੀਂ ਕੀਤੀ ਜਾਂ ਕੀ ਚੱਲਿਆ, ਉਹ ਕਾਮੇਡੀ ਮੂਵੀਜ਼ ਆਪਾਂ ਇਸ ਪੱਖ ਤੋਂ ਵੀ ਦੂਰ ਨਹੀਂ ਜਾ ਸਕਦੇ। ਬਿਲਕੁਲ, ਐਕਚੁਅਲੀ ਕੀ ਹੁੰਦਾ ਵਾ ਕਿ ਦੇਖੋ ਦਰਸ਼ਕਾਂ ਨੂੰ ਦਰਸ਼ਕ ਜਿਹੜੇ ਸਿਨੇਮਾ ਦੇਖਦੇ ਆ, ਜਿਹੜੇ ਗਿੱਜੇ ਹੁੰਦੇ ਆ, ਇੱਕ ਵਾਰ ਉਹਨਾਂ ਨੂੰ ਹੌਲੀ ਹੌਲੀ ਚੰਗੀਆਂ ਸਟੋਰੀਆਂ ਤੇ, ਜਿਵੇਂ ਹੁਣ ਪਿੱਛੇ ਅੱਛੀਆਂ ਫਿਲਮਾਂ ਆਈਆਂ, ਹੋਰ ਪ੍ਰੋਡਕਸ਼ਨ ਹਾਊਸ ਦੀਆਂ ਅੱਛੇ ਡਾਇਰੈਕਟਰਾਂ ਦੀਆਂ ਫਿਲਮਾਂ ਆਈਆਂ, ਸੀਰੀਅਸ ਮੁੱਦੇ ਵੀ ਆਏ ਆ, ਕਾਮੇਡੀ ਵੀ ਆਏ ਆ, ਮਤਲਬ ਉਹ ਸਾਰੀਆਂ ਫਿਲਮਾਂ ਚੱਲੀਆਂ ਵਾ, ਤੇ ਪਰਿਵਾਰਕ ਮੁੱਦੇ ਵੀ ਆਏ, ਉਹ ਵੀ ਫਿਲਮਾਂ ਚੱਲੀਆਂ ਵਾ। ਇਸ ਕਰਕੇ ਮੈਂ ਤੇ ਕਹੂੰਗਾ ਕਿ ਕਿਤੇ ਨਾ ਕਿਤੇ ਫਿਲਮ ਦੇ ਵਿੱਚ ਦੇਖੋ ਇੱਕ ਬੈਕ ਬੋਨ ਤੋਂ ਰੀੜ ਦੀ ਹੱਡੀ ਜਿਹੜੀ ਆ, ਉਹ ਸਟੋਰੀ ਆ, ਰੀੜ ਦੀ ਹੱਡੀ ਆ, ਉਹ ਜੇ ਉਹ ਸਟਰੋਂਗ ਆ ਤੇ ਬਾਕੀ ਸਾਰਾ ਬੋਡੀ ਕੰਮ ਕਰੇਗੀ। ਬਿਲਕੁਲ ਬਿਲਕੁਲ ਸਹੀ, ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ। ਸਰ, ਤੁਹਾਡੀ ਲਾਈਫ ਦਾ ਏਮ ਤੁਸੀਂ ਹੁਣ ਆਪਾਂ ਕੀ ਮੰਨ ਕੇ ਜਾ ਰਹੇ ਹਾਂ ਵੀ ਚਲੋ ਇੱਕ ਡਾਇਰੈਕਟਰ ਤੁਹਾਡਾ ਸੁਪਨਾ ਸੀਗਾ ਇਹ ਪੂਰਾ ਹੋ ਗਿਆ, ਬਟ ਫਿਰ ਵੀ ਇੱਕ ਏਮ ਹੁੰਦਾ ਨਾ, ਜਿੱਦਾਂ ਏਮ ਆਪਾਂ ਮੰਨ ਕੇ ਚੱਲਦੇ ਆ ਵੀ ਮੈਂ ਔਸਕਰ ਅਵਾਰਡ ਜਿੱਤਣਾ ਆਪਣੀ ਡਾਇਰੈਕਸ਼ਨ ਦੇ ਵਿੱਚ, ਤੁਹਾਡਾ ਕੋਈ ਸੁਪਨਾ ਜਿਹੜਾ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ? ਜੀ ਦੇਖੋ ਗੱਲ ਜਿਹੜੀ ਅਵਾਰਡਾਂ ਤੱਕ ਆ, ਮੈਂ ਕੋਈ ਵੀ ਫਿਲਮ ਕਿਸੇ ਅਵਾਰਡ ਲੈਣ ਲਈ ਨਹੀਂ ਬਣਾਉਂਦਾ, ਨਾ ਮੈਨੂੰ ਕੋਈ ਅਵਾਰਡ ਲੈਣ ਦੀ ਕੋਈ ਭੁੱਖ ਆ ਵੀ ਮੈਨੂੰ ਉਹ ਅਵਾਰਡ ਮਿਲਦੇ। ਅਵਾਰਡ ਸਭ ਤੋਂ ਵੱਡਾ ਅਵਾਰਡ ਪਤਾ ਕੀ ਆ ਕਿ ਬਾਕਸ ਆਫਿਸ ਤੇ ਤੁਹਾਡੀ ਫਿਲਮ ਕਮਾਲ ਕਰਦੀ ਆ, ਉਹਦੇ ਰਿਵਿਊ ਅੱਛੇ ਆਉਂਦੇ ਆ,
ਲੋਕ ਤੁਹਾਨੂੰ ਪਬਲਿਕ ਜਿਹੜੀ ਆ ਉਹ ਤੁਹਾਨੂੰ ਕਹਿੰਦੀ ਵੀ ਕਮਾਲਾਂ ਕਰਤੀਆਂ ਤੁਸੀਂ ਬਹੁਤ ਵਧੀਆ ਕੰਮ ਕੀਤਾ। ਉਹ ਹਰ ਰੋਜ਼ ਜਿਹੜਾ ਅਵਾਰਡ ਜਿਹੜਾ ਪਬਲਿਕ ਦੇ ਰਹੀ ਹੈ ਤੁਹਾਨੂੰ ਭੈਣ ਭਰਾ ਜਿਹੜੇ ਦੇ ਰਹੇ ਨੇ ਉਹ ਹਰ ਰੋਜ਼ ਅਨਮੁੱਲਾ ਅਵਾਰਡ ਆ। ਕਿਆ ਬਾਤ ਹੈ। ਹਾਂਜੀ ਉਹਦੇ ਤੋਂ ਉੱਤੇ ਕੋਈ ਵੀ ਅਵਾਰਡ ਨੀ ਬਣਿਆ, ਨਾ ਕੋਈ ਔਸਕਰ ਆ ਨਾ ਕੋਈ ਦੂਜਾ ਵਾ। ਮੈਨੂੰ ਲੱਗਦਾ ਜਿਹੜਾ ਪਿਆਰ ਆ ਸਾਡੇ ਜਿਹੜੇ ਪੰਜਾਬੀ ਭੈਣ ਭਰਾਵਾਂ ਦਾ, ਸਾਡੀ ਜਿਹੜੀ ਕਮਿਊਨਿਟੀ ਦਾ ਪਿਆਰ ਆ, ਇਹ ਅਵਾਰਡ ਆ, ਅਸਲੀ ਅਵਾਰਡ ਇਹ ਆ। ਬਿਲਕੁਲ ਸਰ, ਰਾਈਟ ਗੱਲ ਆ। ਜਿੰਨੇ ਸਾਡੇ ਨਾਲ ਮਤਲਬ ਕੰਮ ਇੱਦਾਂ ਦਾ ਕਰੋ ਜਿਹੜੇ ਸਾਡੇ ਨਾਲ ਲੋਕ ਜੁੜੇ ਆ, ਜੁੜੇ ਰਹਿਣ ਤੇ ਹੋਰ ਲੋਕ ਸਾਡੇ ਨਾਲ ਜੁੜਨ, ਸਾਡੇ ਨਾਲ ਟੁੱਟਣ, ਆਪਣੀ ਇਮੇਜ ਇੱਦਾਂ ਦੀ। ਬਿਲਕੁਲ ਜੀ, ਬਿਲਕੁਲ ਜੀ, ਆਪਣੀ ਕੋਸ਼ਿਸ਼ ਇਹੀ। ਬਿਲਕੁਲ ਸਰ, ਮੈਂ ਸਹਿਮਤ ਆ ਤੁਹਾਡੀਆਂ ਗੱਲਾਂ ਦੇ ਨਾਲ। ਸਰ ਮਿਊਜ਼ਿਕ ਇਸ ਮੂਵੀ ਦਾ ਜੋ ਆ ਨਾ ਬਾ ਕਮਾਲ ਜਾ ਰਿਹਾ, ਤੁਹਾਡਾ ਵਾਹ ਰੱਬਾ ਗਾਣਾ ਸੀ, ਇਹ ਮਿਊਜ਼ਿਕ ਡਾਇਰੈਕਟਰ ਕੌਣ ਆ ਇਸ ਮੂਵੀ ਦੇ? ਸਾਡੇ ਜੀ ਮੂਵੀ ਦੇ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਜੀ ਆ, ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਤੇ ਹਾਂਜੀ, ਤੇ ਚਾਰ ਗਾਣੇ ਇਹਦੇ ਵਿੱਚ ਜਿਹੜੇ ਆ ਮਿਊਜ਼ਿਕ, ਚਾਰ ਗਾਣੇ ਮੂਵੀ ਦੇ ਵਿੱਚ ਹੈਗੇ ਨੇ, ਚਾਰ ਗਾਣੇ ਅੱਛੇ ਗਾਣੇ ਆ। ਔਰ ਇਸੇ ਕਰਕੇ ਟੀਵੀ ਦੇ ਉੱਤੇ ਖੁੱਲ ਰਿਹਾ ਗਾਣਾ ਇੱਕ ਵਾਹ ਰੱਬਾ, ਪਹਿਲਾ ਗਾਣਾ ਸਾਡਾ ਖੁੱਲ ਰਿਹਾ ਟੀਵੀ ਚ ਚੱਲ ਰਿਹਾ, ਤੇ ਗਾਣਾ ਹੁਣ ਅਗਲਾ ਗਾਣਾ ਜਿਹੜਾ ਰਾਹਤ ਫਤਿਹ ਅਲੀ ਖਾਨ ਦਾ ਖੁੱਲੇਗਾ, ਤੇ ਉਸ ਤੋਂ ਨੈਕਸਟ ਜਿਹੜਾ ਸੌਂਗ ਖੁੱਲੇਗਾ ਸੁਰਿੰਦਰ ਸਿੰਦਾ ਜੀ ਦੀ ਮੀਕਾ ਜੀ। ਪਹਿਲੀ ਵਾਰ ਪੰਜਾਬੀ ਮਤਲਬ ਉੱਧਰ ਬਾਲੀਵੁੱਡ ਦਾ ਸਿੰਘ ਆ ਮੀਕਾ ਸਿੰਘ, ਤੇ ਇੱਧਰ ਪੰਜਾਬੀ ਦੇ ਲੇਜੈਂਡ ਸੁਰਿੰਦਰ ਸਿੰਦਾ ਜੀ, ਦੋਨਾਂ ਦੀ ਚੱਲਣਾ ਪਹਿਲੀ ਵਾਰ ਇਕੱਠੇ ਇੱਕ ਸੌਂਗ ਜਿਹੜਾ ਗਾ ਰਹੇ ਆ, ਤੇ ਉਹ ਸਾਡਾ ਤੀਸਰੇ ਨੰਬਰ ਤੇ ਗਾਣਾ ਖੁੱਲੇਗਾ। ਸਾਰੇ ਲਿਸਨਰ ਨੂੰ ਮੈਂ ਕਹਿ ਦਿਆ ਕਿ ਬਹੁਤ ਅੱਛੇ ਗਾਣੇ ਆ। ਚੌਥੇ ਨੰਬਰ ਤੇ ਸਾਡਾ ਗਾਣਾ ਮੁੰਡਾ ਸਾਂਝ ਜੀ, ਤੇ ਉਹਦਾ ਅੱਛਾ ਗਾਣਾ, ਰੋਮਾਂਟਿਕ ਗਾਣਾ, ਹਰ ਤਰ੍ਹਾਂ ਦਾ ਰੰਗ ਜਿਹੜਾ ਮੂਵੀ ਦੇ ਵਿੱਚ ਸਿਚੁਏਸ਼ਨਲ ਗਾਣਾ ਹੋਣਾ ਚਾਹੀਦਾ ਉਹੀ ਪਾਇਆ ਵਾ, ਨੋਟ ਕੇ ਇੱਥੇ ਵੀ ਗਾਣਾ ਪਾ ਦਿਓ, ਉੱਥੇ ਵੀ ਗਾਣਾ ਪਾ ਦਿਓ, ਏਦਾਂ ਦਾ ਕੋਈ ਗੱਲ ਨੀ, ਜਿੱਥੇ ਡਿਮਾਂਡ ਉੱਥੇ ਗਾਣਾ ਪਾਇਆ। ਬਹੁਤ ਠੀਕ ਹੈ ਜੀ, ਜਦ ਤੁਸੀਂ ਲੈ ਕੇ ਚੱਲਿਆ ਜੀ, ਹਾਲੇ ਤੱਕ ਸਾਡੀ ਪੰਜਾਬੀ ਇੰਡਸਟਰੀ ਵਿੱਚ ਹੋਈਆਂ ਨੀ ਹੈਗੀਆਂ, ਚਾਰ ਗਾਣਿਆਂ ਤੇ ਚਾਰੇ ਸਪੈਸ਼ਲ ਸੌਂਗ ਤੁਸੀਂ ਲਏ, ਅਸੀਂ ਐਪਰੀਸ਼ੀਏਟ ਕਰਦੇ ਹਾਂ ਸਰ ਤੁਹਾਡੀ ਇਸ ਗੱਲ। ਹਾਂਜੀ ਤੇ ਸਰ, ਗਾਣੇ ਲਿਖੇ ਕਿਹਨਾਂ ਦੇ ਆ ਤੁਹਾਡੀ ਇਸ ਮੂਵੀ ਦੇ? ਹਾਂਜੀ ਇਹਦੇ ਗਾਣੇ ਦੋ ਗਾਣੇ ਲਿਖੇ ਦਵਿੰਦਰ ਖੰਨੇਵਾਲਾ ਜੀ, ਤੇ ਇੱਕ ਗਾਣਾ ਮੇਰਾ ਛੋਟਾ ਵੀਰ ਗਾਇਕ ਹੋਤੀ ਉਹਨੇ ਲਿਖਿਆ, ਤੇ ਆਪਣਾ ਇੱਕ ਗਾਣਾ ਲਿਖਿਆ ਬਾਬੂ ਸਿੰਘ ਮਾਨ ਜੀ ਨੇ, ਬਹੁਤ ਪੁਰਾਣੇ ਅੱਛੇ ਰਾਈਟਰ ਬਾਬੂ ਸਿੰਘ ਮਾਨ ਜੀ, ਵਾਹ ਰੱਬਾ ਉਹਨਾਂ ਦਾ ਲਿਖਿਆ ਗਾਣਾ। ਚਾਰ ਗਾਣਿਆਂ ਤੁਹਾਡੇ ਇਸ ਮੂਵੀ ਵਿੱਚ, ਤੇ ਸਰ ਕਹਾਣੀ ਕਿਹਨਾਂ ਨੇ ਲਿਖੀ ਹੈ ਤੁਹਾਡੀ 25 ਕਿੱਲੇ ਮੂਵੀ? ਕਹਾਣੀ ਇਹਦੀ ਮੈਂ ਖੁਦ ਹੀ ਲਿਖੀ ਆ। ਕੋਸ਼ਿਸ਼ ਕੀਤੀ ਆ ਕਿ ਇੱਕ ਪੰਜਾਬੀ ਕਹਾਣੀ ਜਿਹੜੀ ਪੰਜਾਬੀਅਤ ਦੇ ਵਿੱਚ ਪੂਰੀ ਰੰਗੀ ਭੰਗੀ ਹੋਵੇ, ਤੇ ਉਹ ਰੰਗ ਜਿਹੜਾ ਨਜ਼ਰ ਆਉਣਾ ਚਾਹੀਦਾ ਪੰਜਾਬੀ ਦਾ, ਔਰ ਜਿਹੜਾ ਅਸੀਂ ਆਪਣੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਨੂੰ ਪ੍ਰੈਜੈਂਟ ਕਰ ਸਕਾਂ, ਕੋਸ਼ਿਸ਼ ਕੀਤੀ ਹੈ ਮੈਂ ਕਹਾਣੀ ਲਿਖਣ ਦੀ 25 ਕਿੱਲੇ ਦੀ, ਤੇ ਇਹਦੇ ਵਿੱਚ ਕਹਾਣੀ ਮੇਰੀ ਆ ਔਰ ਸਕਰੀਨ ਪਲੇ ਡਾਇਲੋਗ ਸਰਬੀਤ ਮਾਵੀ ਸਾਹਿਬ ਦੇ। ਆਪਣੀ ਲਾਈਫ ਵਿੱਚ ਤੁਸੀਂ ਆਪਣਾ ਆਈਡੀਅਲ ਕਿਹਨਾਂ ਨੂੰ ਮੰਨਦੇ ਆ? ਇੱਕ ਚਿਹਰਾ ਹੁੰਦਾ ਬੰਦੇ ਦੇ ਸਾਹਮਣੇ, ਵੀ ਕਿਸੇ ਦਾ ਫਾਦਰ ਸਾਹਿਬ ਹੁੰਦੇ ਆ, ਕਿਸੇ ਦਾ ਕੋਈ ਹੋਰ ਰੋਲ ਮਾਡਲ ਹੁੰਦਾ, ਸੈਲੀਬ੍ਰਿਟੀ ਹੁੰਦੀ ਆ, ਤੁਸੀਂ ਆਪਣਾ ਆਈਡੀਅਲ ਕਿਹਨਾਂ ਨੂੰ ਮੰਨ ਕੀਤਾ? ਮੇਰੇ ਦੇਖੋ ਜੀ, ਮਾਂ ਬਾਪ ਨੇ ਬੜਾ ਸਾਥ ਦਿੱਤਾ, ਕਿਉਂਕਿ ਇਹ ਚੀਜ਼ਾਂ ਸਮਝਣ ਲਈ ਬੜਾ ਦੇਰ ਲੱਗ ਜਾਂਦੀ ਆ, ਜਿੱਥੇ ਆਪਾਂ ਪਿੰਡਾਂ ਚ ਰਹਿੰਦੇ ਸੀ ਉੱਥੇ ਅੱਜ ਵੀ ਉਹਨਾਂ ਨੂੰ ਕੋਈ ਪੁੱਛ ਲੇ, ਜਦੋਂ ਜਾਂਦੇ ਨੇ ਉਦੋਂ ਪੁੱਛਦੇ ਕੀ ਕਰਦਾ ਜੀ, ਉਹ ਪੰਜਾਬੀ ਚ ਇੰਨੀ ਗੱਲ ਕਹਿੰਦੇ ਵੀ ਸਾਡਾ ਮੁੰਡਾ ਫਿਲਮਾਂ ਬਣਾਉਂਦਾ। ਹਾਂਜੀ ਹਾਂਜੀ, ਉਹਨਾਂ ਨੂੰ ਡੈਜੀਗਨੇਸ਼ਨ ਦਾ ਨਹੀਂ ਪਤਾ ਕਈ ਬੰਦਿਆਂ ਨੂੰ, ਤੇ ਉਹ ਸਵਾਲ ਵੀ ਬੜਾ ਉਹਨਾਂ ਦੇ ਰੋਚਕ ਸਵਾਲ ਹੁੰਦੇ ਜਦੋਂ ਪਿੰਡ ਜਾਂਦੇ ਆ, ਕਿ ਉਹਨਾਂ ਦੇ ਰੋਚਕ ਸਵਾਲ ਇਦਾਂ ਦੇ ਹੁੰਦੇ ਵੀ ਜਦੋਂ ਤੁਸੀਂ ਕਿਸੇ ਨੂੰ, ਅੱਛਾ ਜਿਹੜਾ ਹੀਰੋ ਵੀਰ ਜੀ ਹੈ, ਜਿਹੜਾ ਹੀਰੋ ਇੱਕ ਦੂਜੇ ਨੂੰ ਮੁੱਕਾ ਮਾਰਦੇ ਕੀ ਸੱਚੀ ਮਾਰਦੇ ਨੇ? ਹਾਂਜੀ ਬਿਲਕੁਲ, ਫਨੀ ਲੱਗਦੀ ਤੁਸੀਂ ਮਤਲਬ ਮੁੱਕਾ ਜੀ ਸੱਚੀ ਲੱਗਦੀ, ਫਿਰ ਕੀ ਹੋਊਗਾ ਜੀ, ਇੱਦਾਂ ਦੇ ਬਹੁਤ ਸਵਾਲ ਹੁੰਦੇ। ਫਿਰ ਇੱਦਾਂ ਦੇ ਸਿਚੁਏਸ਼ਨ ਦਾ ਤੁਸੀਂ ਸਾਹਮਣਾ ਕਿੱਦਾਂ ਕਰਦਾ? ਇੱਕ ਹੱਸ ਕੇ ਜਵਾਬ ਦੇਓਗੇ ਤੁਸੀਂ? ਜਵਾਬ ਤਾਂ ਦੇਖੋ ਦੇਣਾ ਪੈਂਦਾ ਉਹਨਾਂ ਨੂੰ, ਲੱਗੀਦਾ ਵੀ ਇਹ ਮਤਲਬ ਰੀਜਨਲ ਨੀ ਹੁੰਦਾ, ਵੀ ਇੱਕ ਦਿੱਖ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਹੁੰਦਾ, ਉਹਨਾਂ ਨੂੰ ਫਿਰ ਸਮਝਾਇਆ ਜਾਂਦਾ ਵੀ ਆਹ ਚੀਜ਼ ਐਕਸ਼ਨ ਹੈ ਆਹ ਰਿਐਕਸ਼ਨ ਹੈ। ਬਿਲਕੁਲ ਹਾਂਜੀ ਠੀਕ ਹੈ ਠੀਕ ਹੈ ਸਰ, ਮਤਲਬ ਆਪਣੇ ਪੰਜਾਬੀ ਵਿੱਚ ਮੋਸਟਲੀ ਮੈਂਟੈਲਿਟੀ ਆ ਨਾ ਜੀ, ਉਹ ਇਹ ਕਹਿੰਦੇ ਵੀ ਹਾਂ ਇਹ ਕੰਮ ਚ ਪੈ ਗਿਆ ਯਾਰ, ਕੰਜਰਾਂ ਵਾਲਾ ਕੰਮ ਆ, ਇਹ ਗੱਲ ਹਰ ਇੱਕ ਦੇ ਮੂੰਹ ਤੇ ਇਹ ਦਿਮਾਗ ਦੇ ਵਿੱਚ ਫਿੱਟ ਹੋ ਚੁੱਕੀ ਆ। ਉਹ ਤਾਂ ਹੁਣ ਆਪਣੀ ਪੰਜਾਬੀ ਫਿਲਮ ਇੰਡਸਟਰੀ ਗਰੋਥ ਹੋਣ ਲੱਗ ਪਈ ਤਾਂ ਸ਼ਾਇਦ ਲੋਕੀ ਇਸ ਚੀਜ਼ ਨੂੰ ਸਮਝਣ ਲੱਗ ਗਏ। ਨਹੀਂ ਦੇਖੋ ਗੱਲ ਪਤਾ ਕੀ ਹੁੰਦੀ ਆ, ਇਹ ਜਿਹੜਾ ਗੱਲ ਆ, ਕੋਈ ਵੀ ਕੰਮ ਬੁਰਾ ਨਹੀਂ ਹੁੰਦਾ, ਉਹਨੂੰ ਦੇਖਣ ਦਾ ਇੱਕ ਨਜ਼ਰੀਆ ਹੁੰਦਾ, ਨਜ਼ਰੀਆ ਹੁੰਦਾ। ਹਾਂਜੀ ਤੇ ਮੈਂ ਨੀ ਕਹਿੰਦਾ, ਕਿਉਂਕਿ ਮੇਰੇ ਲਈ ਤੇ ਇਬਾਦਤ ਤੇ ਪੂਜਾ, ਬਿਲਕੁਲ ਬਿਲਕੁਲ, ਮੈਨੂੰ 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 ਇੰਜ ਲੱਗਦਾ ਮੈਂ ਸਿਨੇਮੇ ਵਾਸਤੇ ਜੰਮਿਆ ਵਾ, ਤੇ ਇਸ ਸਿਨੇਮੇ ਵਾਸਤੇ ਮਰਨਾ ਵਾ,
ਮੇਰਾ ਕੋਈ ਹੋਰ ਕੰਮ ਹੈ ਨੀ, ਮੈਂ ਇਸ ਇੱਕ ਰੱਬ ਦਾ ਇੱਕੋ ਹੀ ਮੇਰੇ ਲਈ ਕੰਮ ਸੌਂਪਿਆ ਗਿਆ ਸੀ, ਸ਼ਾਇਦ ਉਹਨੇ ਮੈਨੂੰ ਇਹੋ ਹੀ ਕੰਮ ਦਿੱਤਾ ਵਾ ਔਰ ਮੈਂ ਇਹੋ ਹੀ ਕੰਮ ਕਰਨ ਲਈ ਇੱਥੇ ਆਇਆ, ਹੋਰ ਮੇਰਾ ਕੋਈ ਕੰਮ ਹੀ ਨਹੀਂ ਹੈ। ਬਿਲਕੁਲ ਸਰ, ਜੇ ਆਪਾਂ ਇਹੀ ਸੋਚਦੇ ਰਹਿ ਜਾਈਏ ਕਿ ਉਹ ਕੀ ਕਹੂਗਾ, ਸੋਸਾਇਟੀ ਕਿਉਂ ਕਹੂਗੀ, ਫਿਰ ਸ਼ਾਇਦ ਬੰਦਾ ਜ਼ਿੰਦਗੀ ਚ ਅੱਗੇ ਵੱਧ ਨਹੀਂ ਸਕਦਾ। ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਇੱਕ ਗੱਲ ਕਹਿੰਦੇ ਹੁੰਦੇ ਸੀ, ਮੈਂ ਸੁਣਿਆ ਉਹਨਾਂ ਦੇ ਕੋਲੋਂ, ਕਹਿੰਦੇ ਸਭ ਤੋਂ ਬੜਾ ਰੋਗ ਕਿ ਕਿਆ ਕਹੇਗੇ ਲੋਕ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਹੈ ਉਹਨਾਂ ਦੀ, ਕਿਉਂਕਿ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਿਰਫ ਇੱਕ ਇੱਕ ਮਤਲਬ ਪੁਆਇੰਟ ਤੱਕ ਸੀਮਿਤ ਆ, ਕਿਉਂਕਿ ਜਦੋਂ ਬੰਦਾ ਜਦੋਂ ਸਾਰੇ ਭੈਣ ਭਰਾ ਉਹੀ ਜਿਹੜੇ ਕਹਿੰਦੇ ਵੀ ਇਹ ਕੰਮ ਕੰਜਰਾਂ ਵਾਲਾ ਜਾਂ ਉਹ ਸੌ ਤਰ੍ਹਾਂ ਦੇ ਕਮੈਂਟ ਕਰਦੇ, ਜਦੋਂ ਆਦਮੀ ਸਕਸੈਸ ਹੁੰਦਾ ਵਾ ਜਾਂ ਹੋਣ ਲੱਗਦਾ ਵਾ, ਫਿਰ ਉਹੀ ਸਾਰੇ ਭੈਣ ਭਰਾ ਐਪਰੀਸ਼ੀਏਟ ਕਰਨ ਲੱਗ ਪਏ, ਕਿਉਂਕਿ ਉਹੀ ਸਾਰੇ ਫਿਰ ਉਹੀ ਕਹਿੰਦੇ ਸਿਮਰਜੀਤ ਸਿੰਘ ਹੁੰਦਾ ਨਾਲ ਸੈਲਫੀ ਖਿੱਚ ਕੇ ਮਤਲਬ ਫੇਸਬੁੱਕ ਤੇ ਪਾਈ ਜਾਂਦੀ ਆ ਵੀ 25 ਕਿਲੋ ਦੇ ਟਰੈਕਟਰ ਮੇਰਾ ਕਜ਼ਨ ਜਾਂ ਮੇਰਾ ਫਰੈਂਡ ਜਾਂ ਮੇਰੇ ਫਰੈਂਡ ਦਾ, ਹਨਾ ਜੀ, ਇੱਦਾਂ ਹੁੰਦੀ ਹੋਣੀ ਹੁਣ ਤੁਹਾਡੇ ਨਾਲ ਜੀ। ਬਿਲਕੁਲ ਬਿਲਕੁਲ ਜੀ, ਮੈਂ ਉਹਨਾਂ ਦਾ ਜਿਹੜੇ ਪਿਆਰ ਕਰਦੇ ਇੰਨਾ ਸਾਰਾ ਮਾਣ ਕਰਦੇ ਆ, ਕਿਸੇ ਦਾ ਕਹਿੰਦੇ ਨਾ ਵੀ ਕੋਈ ਗੱਲ ਹੋਵੇ ਤਾਂ ਕੀਤੀ ਜਾਂਦੀ ਆ, ਤੇ ਜਿਹੜੇ ਭੈਣ ਭਰਾ ਪਿਆਰ ਕਰਦੇ ਮੈਂ ਸਾਰਿਆਂ ਦਾ, ਮੈਂ ਹਮੇਸ਼ਾ ਰੋਜ਼ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਕਿਸੇ ਦਾ ਦਿਲ ਨਾ ਦਿਖਾਵਾਂ, ਮੈਂ ਕਿਸੇ ਨੂੰ ਬੁਰਾ ਨਾ ਕਹਿ ਦਿਆਂ, ਕਿਤੇ ਰੱਬ ਨੂੰ ਵੀ ਇਹੀ ਕਹਿੰਦਾ ਮੇਰੇ ਕੋਈ ਪਾਪ ਨਾ ਕਰਾਈ, ਕਿਸੇ ਦਾ ਦਿਲ ਨਾ ਦੁਖਾਈ, ਤੇ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਰਹਿੰਦਾ ਵਾ ਮੇਰੇ ਵੱਧ ਤੋਂ ਵੱਧ ਦੋਸਤ ਹੋਣ ਦੁਨੀਆਂ ਦੇ ਉੱਤੇ, ਮੈਂ ਮਤਲਬ ਇਸ ਤਰ੍ਹਾਂ ਦਾ ਆਦਮੀ ਆ ਵੀ ਮੈਂ ਜਿਹੜੇ ਸ਼ਹਿਰ ਜਾਵਾਂ ਤੇ ਮੇਰੇ ਦੋਸਤ ਉੱਥੇ ਜ਼ਰੂਰ ਹੋਣ, ਕਮ ਸੇ ਕਮ ਮੈਨੂੰ ਇੰਜ ਲੱਗਾ ਵੀ ਦੁਨੀਆਂ ਦੇ ਉੱਤੇ ਸਭ ਤੋਂ ਅਮੀਰੀ ਕੀ ਆ, ਕਿ ਅਗਰ ਤੁਹਾਨੂੰ ਸਾਰੇ ਲੋਕ ਪਿਆਰ ਕਰਦੇ ਨੇ, ਤੁਹਾਡੀ ਦੋਸਤੀ ਆ, ਤੁਸੀਂ ਮੰਨ ਲਓ ਅੰਮ੍ਰਿਤਸਰੋਂ ਨਿਕਲੋ ਜਲੰਧਰ ਜਾਓ, ਉੱਥੇ ਤੁਹਾਡੇ 10 ਦੋਸਤ ਤੁਹਾਡੇ ਲਈ ਵੇਟ ਕਰ ਰਹੇ ਆ, ਫਲਕਾ ਮਸ਼ਾਈ ਬੈਠੇ ਆ ਕਿ ਸਾਡਾ ਦੋਸਤ ਆ ਰਿਹਾ, ਕਿਤੇ ਹੋਰ ਸ਼ਹਿਰ ਚ ਜਾਓ, ਤੇ ਉਹ ਜਿਹੜੀ ਚੀਜ਼ ਆ ਉਹ ਸਭ ਤੋਂ ਵੱਡਾ ਜਿਹੜਾ ਪਿਆਰ ਆ, ਇਹ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਮਿਲ ਜਾਂਦਾ ਵਾ, ਜੇ ਇੱਦਾਂ ਦੇ ਦੋਸਤ ਮਿਲ ਜਾਂਦੇ ਆ, ਇੱਦਾਂ ਦੇ ਭੈਣ ਭਰਾ ਮਿਲ ਜਾਂਦੇ ਆ, ਤੇ ਦੁਨੀਆਂ ਦੇ ਕੋਈ ਵੀ ਗਮ ਹੀ ਨਹੀਂ ਹੈ ਕਿਸੇ ਗੱਲ ਦਾ। ਬਿਲਕੁਲ ਸਰ, ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਕਰਦਾ, ਤੁਹਾਡਾ ਬਹੁਤ ਬਿਜ਼ੀ ਸ਼ਡਿਊਲ ਹੁੰਦਾ, ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਕਿ ਫਿਊਚਰ ਪ੍ਰੋਜੈਕਟਸ ਬਾਰੇ ਆਪਣੇ ਤੁਸੀਂ ਦੱਸੋ ਸਾਨੂੰ, ਇੱਕ ਤਾਂ ਤੁਹਾਡੀ 25 ਕਿੱਲੇ ਆ ਰਹੀ ਹੈ, ਉਸ ਤੋਂ ਅੱਗੇ ਤੁਸੀਂ ਕੀ ਕੀ ਲੈ ਕੇ ਆ ਰਹੇ ਹੋ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੂੰ? ਜੀ, ਇੱਕ ਤੇ ਮੈਂ ਅੱਗੇ ਇੱਕ ਬਹੁਤ ਜਲਦੀ ਸਾਡਾ ਪਲਾਨ ਚੱਲ ਰਿਹਾ, ਮੈਂ ਨਾਮ ਨੀ ਦੱਸੂਗਾ, ਬਿਲਕੁਲ, ਤੇ 2-3 ਮਹੀਨੇ ਬਾਅਦ ਸਾਡੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਊਗੀ, ਪੰਜਾਬੀ ਆ ਇੱਕ, ਔਰ ਇੱਕ ਹਿੰਦੀ ਵੀ ਬਹੁਤ ਜਲਦੀ ਹੋਏਗੀ, ਕਿਉਂਕਿ ਉਹ ਵੱਡੇ ਪ੍ਰੋਜੈਕਟ ਹੁੰਦੇ ਆ, ਥੋੜਾ ਟਾਈਮ ਲੱਗ ਜਾਂਦਾ ਇਸ ਕਰਕੇ, ਤੇ ਐਂਡ ਆਫ ਦੇ ਕਿ ਆਦਮੀ ਨੂੰ ਭੁੱਖ ਹੁੰਦੀ ਹੈ, ਡਾਇਰੈਕਟਰ ਨੂੰ ਰਾਈਟਰ ਨੂੰ ਭੁੱਖ ਹੁੰਦੀ ਹੈ ਕਿ ਮੈਂ ਵੱਖ ਵੱਖ ਤਰ੍ਹਾਂ ਦੇ ਸਿਨੇਮੇ ਚ ਕੰਮ ਕਰਾਂ, ਵੱਖ ਵੱਖ ਤਰ੍ਹਾਂ ਦੀਆਂ ਫਿਲਮਾਂ ਬਣਾਵਾਂ, ਤੇ ਮੈਂ ਜਦੋਂ ਤੱਕ ਵੀ ਜੀਵਾਂਗਾ ਮੈਂ ਭਾਵੇਂ ਹੋਰ 10 ਲੈਂਗੁਏਜ ਦੀਆਂ ਫਿਲਮਾਂ ਬਣਾਵਾਂ, ਲੇਕਿਨ ਮੇਰੇ ਲਈ ਜਿਹੜਾ ਪਹਿਲੇ ਤੌਰ ਤੇ ਜਿਹੜੀ ਮੇਰੀ ਮਾਂ ਬੋਲੀ ਹੈ ਪੰਜਾਬੀ, ਤੇ ਮੈਂ ਉਹਦੇ ਨਾਲ ਹਮੇਸ਼ਾ ਜੁੜਿਆ ਰਹੂੰਗਾ, ਔਰ ਜਿਹੜਾ ਵੀ ਕੋਈ ਭੈਣ ਭਰਾ ਮਤਲਬ ਕੋਈ ਵੀ ਪ੍ਰੋਡਿਊਸਰ, ਕੋਈ ਐਕਟਰ, ਕੋਈ ਵੀ ਜਿਹੜਾ ਵੀ ਇਸ ਮੇਰੇ ਨਾਲ ਕੋਈ ਕੰਮ ਕਰਨਾ ਚਾਹੁੰਦਾ, ਤੇ ਮੈਂ ਉਹ ਪੰਜਾਬੀ ਲਈ ਤੇ ਮੈਂ ਹਮੇਸ਼ਾ ਉਹਨੂੰ ਪਹਿਲ ਦਊਂਗਾ। ਬਿਲਕੁਲ ਸਰ, ਸਰ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਾ ਨਾ ਤੁਹਾਡੇ ਗੱਲ ਕਰਕੇ, ਮੈਨੂੰ ਇੰਨਾ ਕੁ ਜ਼ਿਆਦਾ ਸਿੱਖਣ ਨੂੰ ਮਿਲਿਆ, ਮਤਲਬ ਮੈਂ ਆਪਣੇ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦਾ, ਸਾਡੇ ਲਿਸਨਰਸ ਨੂੰ ਵੀ, ਯੂਥ ਨੂੰ ਸਿੱਖਣ ਨੂੰ ਮਿਲਿਆ, ਕਿਉਂਕਿ ਇੱਕ ਉਚਾਈ ਤੇ ਪਹੁੰਚ ਕੇ ਵੀ ਕਿੰਨਾ ਆਪਾਂ ਹੰਬਲ ਰਹਿਣਾ ਆ, ਉਹ ਵੀ ਗੱਲ ਸਿੱਖਣ ਨੂੰ ਮਿਲੀ ਹੋਣੀ ਸਾਡੇ ਕੋਲੋਂ ਤੁਹਾਡੇ ਕੋਲੋਂ, ਤੇ ਲਾਸਟ ਵਿੱਚ ਸਾਡੇ ਯੂਥ ਨੂੰ, ਸਾਡੇ ਲਿਸਨਰਸ ਨੂੰ, YG ਰੇਡੀਓ ਦੇ ਲਿਸਨਰਸ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਜ਼ਰੂਰ ਕੁਛ ਨਾ ਕੁਛ ਮੈਸੇਜ ਕੋਈ ਨਾ ਕੋਈ ਜ਼ਰੂਰ ਦੇ ਕੇ ਜਾਓ? ਜੀ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਕੋਈ ਵੀ ਕੰਮ ਕਰੋ, ਉਹਦੇ 'ਚ ਮਨ ਤੇ ਜਿਹੜਾ ਤੁਹਾਡਾ ਮਨ ਆ, ਦਿਲ ਆ ਜਿਹੜਾ, ਉਹ ਬਿਲਕੁਲ ਸੱਚਾ ਤੇ ਸੁੱਚਾ ਹੋਣਾ ਚਾਹੀਦਾ। ਜਿਹੜਾ ਤੁਹਾਡਾ ਜਨੂਨ ਆ, ਉਹ ਜਨੂਨ ਇਸ ਹੱਦ ਤੱਕ ਹੋਣਾ ਚਾਹੀਦਾ ਕਿ ਜਿਹੜੀ ਤੁਹਾਡੀ ਮੰਜ਼ਿਲ ਆ ਉਹ ਮਜਬੂਰ ਹੋ ਕੇ ਤੁਹਾਡੇ ਕਦਮਾਂ 'ਚ ਆ ਜੇ, ਉਹ ਕਵੇ ਵੀ ਮੈਂ ਤਾਂ ਬਣੀ ਤੇਰੇ ਲਈ ਸੀ, ਠੀਕ ਹੈ? ਤੇ ਮੇਰਾ ਇੰਨਾ ਹੀ ਬਸ ਕਹਿਣਾ ਵਾ ਕਿ ਜਿਹੜੇ ਵੀ ਮੇਰੇ ਭੈਣ ਭਰਾ, ਜਿਹੜੇ ਮੇਰੇ ਤੋਂ ਛੋਟੇ ਬੱਚੇ ਵੀ ਆ, ਉਹ ਆਪਣਾ ਇੱਕ ਏਮ ਜ਼ਰੂਰ ਚੂਜ ਕਰਨ ਕਿ ਅਸੀਂ ਕੀ ਬਣਨਾ ਵਾ, ਔਰ ਉਹਦੇ ਉਹ ਆਪਣੇ ਗੋਲ ਦੇ ਉੱਤੇ ਨਿਸ਼ਾਨੇ ਤੇ ਨਿਸ਼ਾਨਾ ਲਾਉਂਦੇ ਜਾਓ, ਤੇ ਮੰਜ਼ਿਲਾਂ ਜਿਹੜੀਆਂ ਵਾ ਉਹ ਦੂਰ ਹੈ ਨੀ ਆ, ਮੰਜ਼ਿਲਾਂ ਆਪਣੇ ਕੋਲ ਹੀ ਬੈਠੀਆਂ ਵਾ, ਉਹ ਤੇ ਆਵਾਜ਼ਾਂ ਮਾਰ ਰਹੀਆਂ ਕਿ ਅਸੀਂ ਬਣੀਆਂ ਤੁਹਾਡੇ ਲਈ ਆ, ਮੰਜ਼ਿਲ ਕਹਿੰਦੀ ਆ ਕਿ ਮੈਂ ਤੇਰੇ ਲਈ ਬਣੀ ਆ, ਬਸ 2 ਕਦਮ ਦੂਰੀ ਆ, ਇਹਨੂੰ ਹਿੰਮਤ ਕਰਕੇ ਉਹ ਪਲੰਘਾ ਪੁੱਟ ਲਾ ਤੇ ਮੈਂ ਤੇਰੇ ਕਦਮਾਂ ਚ ਵਿਰਸ ਜਾਣਾ। ਕਿਆ ਬਾਤ ਆ, ਸਾਡੀ ਤੁਹਾਡੀ ਸੋਚ ਨੂੰ ਸਲਾਮ ਆ ਸਾਡੀ, ਸਾਡੇ ਵੱਲੋਂ ਤੁਸੀਂ ਆਪਣਾ ਇੰਨਾ ਕੀਮਤੀ ਵਕਤ ਸਾਨੂੰ ਦਿੱਤਾ, ਸਾਡੇ ਲਿਸਨਰਸ ਨੂੰ ਆਪਣੀਆਂ ਗੱਲਾਂ ਦੱਸੀ, ਆਪਣਾ ਐਕਸਪੀਰੀਅੰਸ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਮੈਂ ਇੰਨਾ ਜ਼ਰੂਰ ਕਹੂੰਗਾ ਇੱਕ ਵਾਰ ਫੇਰ, ਮੇਰੀ ਜਿਹੜੀ ਸਾਰੇ ਲਿਸਨਰ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਇੱਕ ਵਾਰ, ਬਹੁਤ ਕੋਸ਼ਿਸ਼ ਕੀਤੀ ਆ ਸਾਰਿਆਂ ਨੇ, ਬਹੁਤ ਵਧੀਆ ਕੰਮ ਕੀਤਾ, ਰਾਂਝਾ ਵਿਕਰਮ ਸਿੰਘ, ਜਿੰਮੀ ਸ਼ਰਮਾ, ਲਖਵਿੰਦਰ ਲੱਕਾ, ਗੁੱਗੂ ਗਿੱਲ ਜੀ, ਅਬਦੀ ਧਾਲੀਵਾਲ, ਪ੍ਰਿੰਸ ਕਵਲਜੀਤ ਸਿੰਘ, ਬਲਜੀਤ ਸਿੱਧੂ ਤੇ ਲੇਜਨ ਜੋਗਰਾਜ ਸਿੰਘ ਜੀ, ਬਹੁਤ ਕਮਾਲਾ ਕਰਨਗੇ ਫਿਲਮ ਦੇ ਵਿੱਚ। ਫਿਲਮ ਜ਼ਰੂਰ ਦੇਖੋ 25 ਅਗਸਤ ਨੂੰ ਜਾ ਕੇ, 25 ਕਿੱਲੇ। ਠੀਕ ਆ ਜੀ,
ਬਿਲਕੁਲ ਸਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਮਿਹਰਬਾਨੀ ਬਾਈ ਜੀ ਰੇਡੀਓ ਦਿਲ ਤੋਂ ਦਿਲਾਂ ਤੱਕ। ਹਾਂਜੀ, ਤੇ ਸੀਗਾ ਸਾਡਾ ਸਿਮਰਜੀਤ ਸਿੰਘ ਹੁੰਦਲ ਜੀ, ਇਹਨਾਂ ਦੀ ਮੂਵੀ ਆ ਰਹੀ ਹੈ ਜੀ 25 ਅਗਸਤ ਨੂੰ 25 ਕਿੱਲੇ, ਤੇ 16 ਸਾਲਾਂ ਬਾਅਦ ਗੂਗਲ ਤੇ ਜੋਗਰਾਜ ਸਿੰਘ ਜੀ ਇੱਕ ਮੂਵੀ ਦੇ ਵਿੱਚ ਇਕੱਠੇ ਆ ਰਿਹਾ ਜੀ, ਇਸ ਕਰਕੇ ਆਪਾਂ ਸਭ ਨੇ ਜ਼ਰੂਰ ਦੇਖਣ ਜਾਣਾ ਹੈ ਜੀ 25 ਕਿੱਲੇ ਮੂਵੀ। ਇਸ ਇਨਸਾਨ ਇਹਨਾਂ ਦੀਆਂ ਗੱਲਾਂ ਤੋਂ ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਗਾ। ਮੈਂ ਸੱਚ ਦੱਸਦਾ ਜੀ, ਮੇਰੇ ਰੂਮ ਤੇ ਆਪ ਖੜੇ ਹੋਏ ਕਿ ਇੰਨਾ ਐਕਸਪੀਰੀਅੰਸ, ਇੰਨੀ ਹੰਬਲਨੈਸ, ਮਤਲਬ ਜੇ ਕੋਈ ਹੋਰ ਹੋਵੇ ਆਪਾਂ ਮੋਸਟਲੀ ਮੰਨ ਕੇ ਚੱਲੀਏ, ਅਗਲਾ ਕਹਿ ਦਿੰਦਾ ਜੀ ਮੈਂ ਤਾਂ ਗੂਗਲ ਤੇ ਜੋਗਰਾਜ ਨਾਲ ਕੰਮ ਕੀਤਾ, ਉਹਨਾਂ ਨੂੰ ਡਾਇਰੈਕਟ ਕੀਤਾ, ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ, ਬਟ ਇੰਨੀ ਜ਼ਿਆਦਾ ਪੋਲਾਈਟਨੈਸ, ਇੰਨੀ ਹੰਬਲਨੈਸ ਤੇ ਇੰਨੀ ਆਪਾਂ ਨੂੰ ਇਹਨਾਂ ਨੇ ਸਿਆਣੀਆਂ ਸਿਆਣੀਆਂ ਗੱਲਾਂ ਦੱਸੀਆਂ। ਸਭ ਤੋਂ ਇੰਪੋਰਟੈਂਟ ਗੱਲ ਦੇਖ ਲਓ ਇਹਨੂੰ ਜੀ, ਮੈਨੂੰ ਲੱਗੀ ਇਹਨਾਂ ਨੇ ਕਿਹਾ ਨਾ ਮੇਰੇ ਲਈ ਉਹੀ ਅਵਾਰਡ ਸਭ ਤੋਂ ਵੱਡਾ ਆ ਜਦੋਂ ਮੈਨੂੰ 10 ਬੰਦੇ ਉਡੀਕ ਰਹੇ, ਉਹਨਾਂ ਨਾਲ ਮੇਰਾ ਪਿਆਰ ਆ, ਮਤਲਬ ਕੋਈ ਸਾਂਝ ਆ ਮੇਰੀ, ਲੋਕੀ ਕਹਿ ਰਹੇ ਕਿ ਬੰਦੇ ਨੇ ਵਧੀਆ ਕੰਮ ਕੀਤਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਸੇਧ ਰਹੋ, ਕਰਮ ਕਰਦੇ ਜਾਓ, ਏਮ ਬਣਾ ਕੇ ਰੱਖੋ, ਆਪਾਂ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਸਕਦੇ। ਸੋ ਆਜ ਦੇ ਕਮਲ ਨੂੰ ਦਿਓ ਇਜਾਜ਼ਤ, ਸੁਣਦੇ ਰਹੋ 101 ਬਾਈ ਦੀ ਰੇਡੀਓ ਦਿਲ ਤੋਂ ਦਿਲਾਂ ਤੱਕ, ਤੇ ਲਾਸਟ ਵਿੱਚ ਆਪਾਂ ਪਲੇ ਕਰਨ ਲੱਗੇ ਹਾਂ ਜੀ 25 ਕਿੱਲੇ ਮੂਵੀ ਦਾ ਸੌਂਗ, ਕਿਹੜਾ ਉਹ ਤੁਸੀਂ ਸੁਣ ਕੇ ਆਪੇ ਅੰਦਾਜ਼ਾ ਲਾ ਲਿਓ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁੱਲ ਉਲਾਂਬੇ ਰੱਬ ਨੇ ਅੱਜ ਸਾਡੇ ਲਾਏ, ਕੁੱਲ ਉਲਾਂਬੇ ਰੱਬ ਨੇ ਅੱਜ ਸਾਡੇ ਲਾਏ, ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ, ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ, ਚਾਨਣ ਚਾਨਣ ਹੋ ਗਿਆ ਉੱਡ ਗਏ ਹਨੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ। ਅੱਜ ਮੇਰੀ ਤਕਦੀਰ ਨੂੰ ਪੈ ਗਏ ਨੇ ਮੋੜੇ, 31 ਲੱਖ ਤੇ ਵਿਕ ਗਏ ਤਿੰਨੋਂ ਮੇਰੇ ਘੋੜੇ, ਅੱਜ ਯਾਰ ਸੁਦਾਗਰ ਕੋਲ ਨੇ ਪਈ ਨੋਟ ਬਥੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ। ਪਾਇਆ ਕੋਈ ਚੜ ਕੇ ਓਪਨ ਜੀਪ ਤੇ ਜਦ
ਗਿਆ ਵਾਹ ਰੱਬਾ ਮੇਰੇ ਆਓ ਮੈਂ ਸਦਕੇ ਤੇਰੇ ਵਾਹ ਰੱਬਾ ਮੇਰੇ ਆਓ ਮੈਂ ਸਦਕੇ ਤੇਰੇ।